जस टीवी देख रहे हो तुसीं, मैं केपी सिंह तुहाडा स्वागत करता हूं। पंजाब की सियासत दे विच राजीव गांधी का जिक्र है जिहड़ा वह पहली बार नहीं हो रहा। राजीव गांधी का जिक्र पहला भी कई बार होया। साबका प्रधानमंत्री राजीव गांधी ते सब तो वड्डे इल्जाम लगते हैं कि उन्हां दी अगवाई दे विच सिख कतलेआम करवाया गया, जिस करके पंजाब की सियासत दे विच हमेशा राजीव गांधी का विरोध होया। तो पंजाब की सियासत दे विच श्रोमणी अकाली दल ने हमेशा राजीव गांधी का विरोध किया। इस विरोध के विचाले हुण राजीव गांधी के बुत ते कालक पोती गई है। लुधियाना दे विच कालक पोती गई है तो पूरे पंजाब की सियासत इस दा असर होया। पंजाब की सियासत तो लैके दिल्ली तक सियासत पक्की हुई है। असी कुछ सवाल पुछांगे, ये पहली बार नहीं होया का कि किसी बुत ते सियासत हो रही है। असी इह सवाल पुछांगे जरूर, कालक वाला सियासी कलेश की टाइमिंग है जिहड़ी, ये क्यों निर्धारित की गई? कालक वाला सियासी कलेश जिहड़ा पंजाब विच क्यों पाया? ਇਹਨਾਂ ਦੀਆਂ ਨਿਸ਼ਾਨੀਆਂ ਬਿਲਕੁਲ ਨਹੀਂ ਬਣੀਆਂ ਚਾਹੀਦੀਆਂ ਤੇ ਇਹਨਾਂ ਦਾ ਮੂੰਹ ਕਾਲਾ ਕੀਤਾ ਜਾਵੇ ਤੇ ਹੱਥ ਲਾਲ ਕੀਤੇ ਜਾਣ। ਵੀ ਮੇਰੇ ਦਿਲ 'ਚ ਰਹਿ ਨਹੀਂ ਹੋਇਆ, ਪਗੜੀ ਉਤਾਰ ਕੇ ਸਾਫ਼ ਕੀਤਾ, ਦੁੱਧ ਮੰਗਾਇਆ, ਦੁੱਧ ਮੰਗਾ ਕੇ ਧੋਤਾ ਵਾ। ਉਨ 1984 ਸਿੱਖ ਕਤਲੇਆਮ ਦੇ ਮੁੱਦੇ ਤੇ ਕਾਂਗਰਸ ਨੂੰ ਹਮੇਸ਼ਾ ਘੇਰਾ ਪੈਂਦਾ ਰਿਹਾ ਹੈਗਾ ਤੇ ਹੁਣ ਇਸ ਘੇਰੇ ਦੇ ਵਿਚਾਲੇ ਜਦੋਂ ਸੱਜਣ ਕੁਮਾਰ ਨੂੰ ਸਜ਼ਾ ਹੁੰਦੀ ਹੈ ਤੇ ਉਸ ਤੇ ਸਿਆਸਤ ਪੱਕਦੀ ਹੈ ਕੀ ਹੈ? ਸਿਆਸਤ ਦਿੱਲੀ ਤੋਂ ਤੁਰਦੀ ਹੈ, ਪੰਜਾਬ ਤੱਕ ਪਹੁੰਚਦੀ ਹੈ ਕੀ ਹੈ? ਇਹ ਸਿਆਸਤ ਦਾ ਮੋਢਾ ਜਿਹੜਾ ਉਹ ਦਿੱਲੀ ਤੋਂ ਬੰਨਿਆ ਜਾਂਦਾ ਹੈਗਾ ਤੇ ਪੰਜਾਬ ਤੱਕ ਇਸ ਦਾ ਅਸਰ ਹੁੰਦਾ। ਇਸ ਦਾ ਅਸਰ ਹੁਣ ਕਿਉਂ ਹੋਇਆ? ਪਹਿਲਾਂ ਤਸਵੀਰਾਂ ਦੇਖੋ ਤੇ ਬਿਆਨ ਸੁਣੋ, ਉਸ ਤੋਂ ਬਾਅਦ ਚਰਚਾ ਸ਼ੁਰੂ ਕਰਾਂਗੇ। ਮੈਂ ਸਮਝਦਾ ਅੱਜ ਫਿਰ ਹਿੰਦੁਸਤਾਨ ਦੇ ਵਿੱਚ ਅੱਗ ਲਗਾਉਣਾ ਚਾਹੁੰਦੇ ਆ, ਇਹਨਾਂ ਦੀਆਂ ਨਿਸ਼ਾਨੀਆਂ ਬਿਲਕੁਲ ਨਹੀਂ ਬਣੀਆਂ ਚਾਹੀਦੀਆਂ। ਇਹ ਇੱਕ ਦੂਜੀ ਗੱਲ, ਭਾਰਤ ਰਤਨ ਅਵਾਰਡ ਨੇ ਇਹਨੂੰ ਨਵਾਜਿਆ ਗਿਆ ਰਾਜੀਵ ਗਾਂਧੀ ਨੇ। ਇਹਦੀ ਅਚੀਵਮੈਂਟ ਦੱਸਣ, ਇਹਦੀ ਅਚੀਵਮੈਂਟ ਸੀ ਇਹਨਾਂ ਨੇ ਸਿੱਖਾਂ ਨੂੰ ਕਤਲੇਆਮ ਕਰਵਾਇਆ ਅਤੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਇਹਨੇ ਜੋ ਦੰਗੇ ਜੋ ਕਤਲੇਆਮ ਸਿੱਖਾਂ ਦਾ ਕਰਾਇਆ, ਜੋ ਹਿੰਦੂ ਸਿੱਖ ਏਕਤਾ ਦੇ ਵਿੱਚ ਪਾੜ ਪਾਇਆ, ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਅੱਜ ਇੱਕ ਸ਼ੁਰੂਆਤ ਕੀਤੀ ਆ ਅਤੇ ਆਉਣ ਵਾਲੇ ਟਾਈਮ 'ਚ ਅਸੀਂ ਕੋਈ ਵੀ ਇਹਦੇ ਬੁੱਤ ਅਸੀਂ ਕਾਲੇ ਵੀ ਕਰਾਂਗੇ, ਇਹਨਾਂ ਦੇ ਹੱਥ ਲਾਲ ਵੀ ਕਰਾਂਗੇ, ਇਹਨਾਂ ਦੀ ਜਿਹੜੀਆਂ ਵੀ ਨਿਸ਼ਾਨੀਆਂ ਅਸੀਂ ਮਿਟਾਵਾਂਗੇ। ਉਸ ਮਹਾਨ ਭਾਰਤ ਦੇ ਸਪੂਤ ਰਤਨ ਭਾਰਤ ਰਤਨ ਸਵਰਗੀ ਸ਼੍ਰੀ ਰਾਜੀਵ ਗਾਂਧੀ ਜੀ ਦੇ, ਜਿਨ੍ਹਾਂ ਨੇ ਇਹ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਪੂਰੀ ਜ਼ਿਲ੍ਹਾ ਕਾਂਗਰਸ ਔਰ ਪੂਰਾ ਸ਼ਹਿਰ ਇਸ ਚੀਜ਼ ਦੀ ਘੋਰ ਨਿੰਦਾ ਕਰਦਾ ਔਰ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਾਂਗੇ ਕਿ ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਜੋ ਇਹਨਾਂ ਦੀ ਕਾਨੂੰਨੀ ਕਾਰਵਾਈ ਬਣਦੀ ਹੈ ਕੀਤੀ ਜਾਵੇ। ਮੈਂ ਤੁਰਤ ਇੱਥੇ ਆਇਆ, ਮੈਂ ਆਪਣੀ ਪਗੜੀ ਉਤਾਰ ਕੇ ਸਾਫ਼ ਕੀਤਾ, ਦੁੱਧ ਮੰਗਾਇਆ, ਦੁੱਧ ਮੰਗਾ ਕੇ ਧੋਤਾ ਵਾ ਸ਼੍ਰੀ ਰਾਜੀਵ ਗਾਂਧੀ ਦਾ ਬੁੱਤ ਕਾਂਗਰਸੀ ਨੇ। ਮੈਂ ਉਹਨਾਂ ਨੂੰ ਕਹਿਣਾ ਜੇ ਸੱਚੇ ਸੀਗੇ ਕਮੀਜ਼ ਉਤਾਰ ਕੇ, ਉਹਦਾ ਕਮੀਜ਼ ਉਤਾਰ ਕੇ ਕਰਦੇ ਇੱਥੇ ਕੋਈ ਨਾਟਕਬਾਜ਼ ਕਰਦੇ ਨੇ। ਅੱਜ ਕਿੱਥੇ ਖੜ੍ਹੇ ਨੇ ਜਿਹੜੇ ਦੋ ਚਾਰ ਬੰਦੇ ਇੱਥੇ ਕਾਂਗਰਸੀ ਆਏ ਨੇ, ਉਹ ਕਿਉਂ ਨਹੀਂ ਕਰ ਰਹੇ ਉਹਦਾ ਕਮੀਜ਼ ਉਤਾਰ? ਜੇ ਉਹ ਹਤੈਸ਼ੀ ਸੀਗੇ ਇੰਨੇ, ਆਪਣਾ ਕਮੀਜ਼ ਉਤਾਰ ਕੇ ਕਰਦੇ ਉਹ? ਮੈਂ ਆਪਣੀ ਪੱਗ ਉਤਾਰੀ ਹੈ ਨਾ, ਮੈਂ ਜੁੱਤੀਆਂ ਉਤਾਰ ਕੇ ਆਪਦੀ ਸਦਾ ਸ਼ਰਧਾ ਨਾਲ ਉੱਥੇ ਗਿਆ ਵਾਂ, ਬੁੱਤ 'ਤੇ ਸਫਾਈ ਕੀਤੀ ਆ। ਇਹ ਲੋਕ ਸਭ ਜਿਹੜੇ ਸਾਡੇ ਕਾਂਗਰਸ ਦੇ ਬੰਦੇ ਜਾਂ ਇਹ ਨਾਟਕਬਾਜ਼ੀ ਕਰਦੇ ਆ, ਸਵਾਏ ਪੈਸਿਆਂ ਤੋਂ ਕੋਈ ਕੰਮ ਨਹੀਂ ਕਰ ਰਹੇ। ਮੈਂ ਟਕਸਾਲੀ ਕਾਂਗਰਸੀ ਹਾਂ ਅਤੇ ਸ਼ਰਧਾ ਨਾਲ ਸਤਿਕਾਰ ਨਾਲ ਆਇਆ, ਸਭ ਤੋਂ ਪਹਿਲਾਂ ਮੈਂ ਆਇਆ ਅਤੇ ਜਾਂ ਬਾਊ ਜੀ ਸਾਡੇ ਆਏ ਪਹਿਲਾਂ ਆਇਆ। ਮੈਂ ਕਾਂਗਰਸ ਪਾਰਟੀ ਦਾ ਅਤੇ ਸਤਿਕਾਰ ਵਜੋਂ ਆਇਆ, ਰਾਹੁਲ ਗਾਂਧੀ ਜੀ ਦੇ ਸਤਿਕਾਰ ਵਜੋਂ, ਸ਼੍ਰੀ ਰਾਜੀਵ ਗਾਂਧੀ ਦੇ ਸਤਿਕਾਰ ਵਜੋਂ। ਅੱਜ ਸਾਰੇ ਲੋਕ ਜਾਣ ਚੁੱਕੇ ਨੇ ਜੋ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਹੱਥ ਆ, ਉਹਨਾਂ ਦਾ ਮੂੰਹ ਕਾਲਾ ਕਰਨਾ ਚਾਹੀਦਾ। ਇਹ ਜਿਹੜੇ ਯੂਥ ਦੇ ਵਿੰਗ ਦੇ ਤੁਰੇ ਫਿਰਦੇ ਨੇ, ਜੇ ਪੰਥ ਦੀ ਗੱਲ ਕਰਦੇ ਆ, ਸਿਰ 'ਤੇ ਦਸਤਾਰ ਰੱਖੀ ਹੋਈ ਆ, ਅੱਜ ਮੂੰਹ ਕਾਲਾ ਕਰਨਾ ਤਾਂ ਉਹਨਾਂ ਦਾ ਕਰੋ, ਸੁਖਬੀਰ ਬਾਦਲ ਦਾ ਕਰੋ, ਅਤੇ ਹਿੰਦੁਸਤਾਨ ਦੇ ਲੋਕ, ਪੰਜਾਬ ਦੇ ਲੋਕ ਤੁਹਾਡਾ ਮਾਣ ਅਤੇ ਸਨਮਾਨ ਕਰਨਗੇ ਜੇ ਤੁਹਾਡੇ 'ਚ ਹਿੰਮਤ ਆ। ਜਿਹੜੇ ਦੋਸ਼ੀ ਪਾਏ ਗਏ ਨੇ ਉਹਨਾਂ ਦਾ ਮੂੰਹ ਕਾਲਾ ਕੀਤਾ, ਤੁਸੀਂ ਪੰਜਾਬ ਮੂੰਹ ਕਾਲਾ ਕੀਤਾ ਜਾ ਰਿਹਾ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਲੁਧਿਆਣਾ 'ਚ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਕ ਪੋਥਣ ਵਿੱਚ ਕਿਹੜੀ ਸਿਆਸਤ ਹੈ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਇੱਥੇ ਮੌਜੂਦ ਹੈ ਸਟੂਡੀਓ ਦੇ ਵਿੱਚ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਨੇ, ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਥੈਂਕ ਯੂ। ਪਰਿੰਦਰ ਸਿੰਘ ਢਿੱਲੋਂ ਕਾਂਗਰਸ ਦੇ ਬੁਲਾਰੇ ਨੇ, ਬਰਿੰਦਰ ਸਿੰਘ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ। ਅਮਰਜੀਤ ਸਿੰਘ ਤਾਰਨੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਆ, ਤਾਰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਸਵਰਾਜ ਪਾਰਟੀ ਦੀ ਨੁਮਾਇੰਦਗੀ ਕਰਦੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਅਮਰਜੀਤ ਸਿੰਘ ਤਾਰਨੀ ਤੁਹਾਨੂੰ ਕਰਨਾ ਚਾਹੁੰਗਾ। ਤਾਰਨੀ ਸਾਹਿਬ, ਹਾਂਜੀ ਹਾਂਜੀ, ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਮਲ ਕੇ ਕੀ ਹੋਜੂਗਾ? ਦੇਖੋ ਆਪਣਾ ਕੇਪੀ ਜੀ, ਵੈਸੇ ਸਾਡੀ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ, ਨਾ ਹੀ ਸਾਡੀ ਪਾਰਟੀ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਲਿਖਿਆ ਗਿਆ ਕਿ ਅਸੀਂ ਕਿਸੇ ਦੇ ਬੁੱਤਾਂ ਦੇ ਉੱਤੇ। ਤੁਹਾਡਾ ਯੂਥ ਅਕਾਲੀ ਦਲ ਦੇ ਆਗੂ ਨਹੀਂ ਹੋ? ਦੇਖੋ ਮੈਂ ਤੁਹਾਨੂੰ ਦੱਸਦਾ, ਯੂਥ ਅਕਾਲੀ ਦਲ ਦੇ ਆਗੂ ਨਹੀਂ ਹੋ? ਮੈਂ ਦੱਸਦਾ ਉਹਦੇ ਪਿੱਛੇ ਕੀ ਹੈ ਅਕਾਲੀ ਦਲ ਪੈਰ ਪਿੱਛੇ ਕਰ ਚੱਕ ਰਿਹਾ? ਮੈਂ ਦੱਸਦਾ ਨਹੀਂ, ਦੇਖੋ ਮੈਂ ਤੁਹਾਨੂੰ ਦੱਸਦਾ। ਦੇਖੋ ਪਿਛਲੇ ਟਾਈਮ ਦੇ ਵਿੱਚ ਜਿਹੜੀ ਸੱਜਣ ਕੁਮਾਰ ਕੇਸ ਦੇ ਵਿੱਚ ਜੱਜਮੈਂਟ ਆਈ, ਜੱਜਮੈਂਟ ਦੇ ਵਿੱਚ ਜੋ ਜੁਡੀਸ਼ਰੀ ਨੇ ਲਿਖਿਆ, ਜੋ ਉਹਦੇ ਵਿੱਚ ਉਹਨਾਂ ਨੇ ਕਮੈਂਟਸ ਕੀਤੇ, ਉਸ ਤੋਂ ਲੈ ਕੇ ਜਿਹੜੀ ਹੈਗੀ ਆ ਉਹਨਾਂ ਨੇ ਜਿਵੇਂ ਕਿਹਾ ਕਿ ਇਹ ਪੋਲੀਟੀਕਲ ਪੈਟਰਨਾਈਜ਼ ਦੇ ਵਿੱਚ ਬਚਦਾ ਰਿਹਾ ਸੱਜਣ ਕੁਮਾਰ,
ਉਹਨਾਂ ਗੱਲਾਂ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਹ ਹੈਗਾ ਉਸ ਰੋਹ ਨੂੰ ਕੱਢਣ ਵਾਸਤੇ ਲੋਕ ਆਪਣੇ ਆਪਣੇ ਤਰੀਕੇ ਨਾਲ ਜੋ ਵੀ ਕਰ ਰਹੇ ਆ ਉਹਨਾਂ ਦਾ ਆਪਣਾ ਸਟਾਈਲ ਹੈ। ਅਕਾਲੀ ਦਲ ਦੇ ਲੀਡਰ ਹੈ, ਦੇਖੋ ਯੂਥ ਅਕਾਲੀ ਦਲ ਦੇ ਬਿਲਕੁਲ ਲੀਡਰ ਹੈਗੇ ਆ, ਪਰ ਸਾਡੀ ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਹੈਗਾ ਉਹਨਾਂ ਨੇ ਕਰਿਆ। ਪਾਰਟੀ ਇਸ ਕਾਰਵਾਈ ਤੋਂ ਪਾਸੇ ਹਟ ਰਹੀ ਹੈ? ਨਹੀਂ, ਅਸੀਂ ਕਹਿੰਦੇ ਆ ਦੇਖੋ ਲੋਕਾਂ ਦਾ ਰੋਹ ਜਾਇਜ਼ ਹੈ, ਅਸੀਂ ਲੋਕਾਂ ਦੇ ਰੋਹਾਂ ਨੂੰ ਅਸੀਂ ਮੰਨਦੇ ਹਾਂ, ਅਸੀਂ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਡਿਪਲੋਮੈਟਿਕ ਜਵਾਬ ਹੈ। ਨਹੀਂ, ਬਹੁਤ ਡਿਪਲੋਮੈਟਿਕ ਜਵਾਬ ਹੈ। ਦੇਖੋ ਮੇਰੀ ਗੱਲ ਸਾਹਿਬ, ਜਾਂ ਤਾਂ ਤੁਸੀਂ ਲਾਈਨ ਕਲੀਅਰ ਕਰ ਲਓ ਆਪਣੀ ਪਾਰਟੀ ਤੋਂ, ਤੁਸੀਂ ਕਹਿਣਾ ਕੀ? ਦੇਖੋ ਮੇਰੀ ਪਾਰਟੀ ਦੀ ਬਿਲਕੁਲ ਲਾਈਨ ਕਲੀਅਰ ਆ, ਸਾਡੀ ਪਾਰਟੀ ਵੱਲੋਂ ਕੋਈ ਇਹੋ ਜਿਹਾ ਪ੍ਰੋਗਰਾਮ ਨਹੀਂ ਲਿਖਿਆ ਗਿਆ ਕਿ ਕਿਸੇ ਦੇ ਬੁੱਤਾਂ ਨੂੰ ਅਸੀਂ ਮੂੰਹ ਕਾਲੇ ਕਰਦੇ ਫਿਰੀ ਹੈ। ਮੂੰਹ ਤਾਂ ਕਾਲਾ ਜੁਡੀਸ਼ਰੀ ਨੇ ਇਹਨਾਂ ਤੇ ਕਾਰਵਾਈ ਹੁੰਦੀ ਆ, ਪਾਰਟੀ ਪਿੱਛਾ ਕਰੂਗੀ ਇਹਨਾਂ ਤੇ ਕਾਰਵਾਈ ਹੁੰਦੀ, ਪਾਰਟੀ ਪਿੱਛਾ ਕਰੂਗੀ? ਦੇਖੋ ਪਾਰਟੀ ਦਾ ਜਿਹੜਾ ਕੁਝ ਵੀ ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ ਉਹ ਕਾਰਵਾਈ ਤਾਂ ਪੁਲਿਸ ਨੇ ਕਰਨੀ ਹੈ, ਪਾਰਟੀ ਪਿੱਛਾ ਕਰੂਗੀ, ਪਾਰਟੀ ਜਾਊਗੀ ਤਾਂ ਨਹੀਂ ਕਰੂਗੀ ਪਾਰਟੀ। ਮੈਂ ਤੁਹਾਨੂੰ ਕਹੀ ਜਾਣਾ ਅਸੀਂ ਉਹਨੇ ਨਹੀਂ ਕਰ ਰਹੇ, ਆਉਣੀ ਨਹੀਂ ਕਰ ਰਹੇ, ਛੱਡ ਰਹੇ ਹੋ ਨਾ? ਬਿਲਕੁਲ। ਵਰਿੰਦਰ ਢਿੱਲੋ ਜੀ, ਹੁਣ ਤੁਸੀਂ ਕੀ ਕਹੋਗੇ? ਇਹ ਤਾਂ ਆਉਣੀ ਨਹੀਂ ਕਰਦੇ ਪਏ, ਪਾਰਟੀ ਦਾ ਕੋਈ ਪ੍ਰੋਗਰਾਮ ਨਹੀਂ ਸੀਗਾ, ਉਹਨਾਂ ਨੇ ਗੁੱਸੇ 'ਚ ਆ ਕੇ ਕਰਤਾ, ਰੋਸ ਵਜੋਂ ਆ ਗਿਆ, ਉਹਨਾਂ ਰੋਕ ਨਹੀਂ ਸਕਦੇ ਸੀ। ਗੁੱਸਾ ਤਾਂ ਹੁਣ ਤਾਂ ਆ ਕੇ ਇੱਥੇ ਪੋਲੀਟੀਕਲ ਸਟੇਟਮੈਂਟ ਦੇਣ ਦੀ ਗੱਲ ਕਰ ਰਿਹਾ, ਕਿਉਂਕਿ ਇੱਕ ਬੈਕਲੈਸ਼ ਵੀ ਹੈ ਇਸ ਚੀਜ਼ ਪ੍ਰਤੀ। ਲੇਕਿਨ ਇਹਨਾਂ ਦੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਇਹ ਸਭ ਓਪਨਲੀ ਆਪਣੇ ਪਾਰਟੀ ਕੈਡਰ ਨੂੰ ਇਨਸਾਈਟ ਕਰ ਰਹੇ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਕਿਸੇ ਨਾ ਕਿਸੇ ਤਰੀਕੇ ਮੁੱਦੇ ਨੂੰ ਪਾਸੇ ਹਟਾ ਕੇ ਵੀ ਅਸੀਂ ਇਸ ਪਾਸੇ ਨੂੰ ਲੈ ਕੇ ਜਾਈਏ, ਵੀ ਹਾਂ ਇਹਨਾਂ ਨੂੰ 84 ਦਾ ਇੱਕ ਮੁੱਦਾ ਮਿਲਿਆ ਜੋ ਕਿ ਕਾਂਗਰਸ ਵਾਸਤੇ ਹਮੇਸ਼ਾ ਹੀ ਇੱਕ ਤਰ੍ਹਾਂ ਤੋਂ ਇਹਦੇ ਅੰਦਰ ਵੀ ਕੋਈ ਦੋ ਰਾਏ ਨਹੀਂ ਆ, ਜੋ ਹੋਇਆ ਸਿੱਖਾਂ ਲਈ ਸਭ ਤੋਂ ਮਾੜਾ ਹੋਇਆ। ਲੇਕਿਨ ਮੈਂ ਕਹਿ ਰਿਹਾ ਵੀ 84 ਦਾ ਕਲੰਕ ਆ, ਮੈਨੂੰ ਵੀ ਇਹਦੇ ਅੰਦਰ ਕੋਈ 84 ਵੱਡਾ ਕਲੰਕ ਆ, ਮੈਂ ਇਸ ਗੱਲ ਨੂੰ ਡਿਨਾਈ ਤਾਂ ਕੋਈ ਵੀ ਨਹੀਂ ਕਰ ਸਕਦਾ। ਲੇਕਿਨ ਜਿਹੜੀ ਗੱਲ ਤੁਸੀਂ ਇਹ ਗੱਲ ਕਰ ਰਹੇ ਹੋ ਬਾਰ ਬਾਰ, ਇਹ ਇਹਨਾਂ ਦੀ ਰਾਜਨੀਤੀ, ਜਿਹੜੀ ਤੁਸੀਂ ਸਵਾਲ ਪੁੱਛਿਆ ਉਹ ਇਹ ਆ ਵੀ ਕਿਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਮੁੱਦੇ ਨੂੰ ਥੱਲੇ ਕਰਕੇ ਆਪਾਂ ਇਹਨੂੰ ਇਸ ਪਾਸੇ ਨੂੰ ਲਈਏ। ਲੇਕਿਨ ਮੈਂ ਨਾਲ ਨਾਲ ਇੱਕ ਮੀਡੀਆ ਨੂੰ ਵੀ ਔਰ ਤੁਹਾਡੇ ਰਾਹੀਂ ਚੈਨਲ ਨੂੰ ਵੀ ਔਰ ਤੁਹਾਡੇ ਵਰਗੇ ਇੱਕ ਵਧੀਆ ਚੈਨਲ ਨੂੰ ਵੀ ਇਹ ਕਹੂੰਗਾ, ਇਹੋ ਜਿਹੇ ਬੰਦਿਆਂ ਨੂੰ ਨਾ ਐਵੇਂ ਤੂਲ ਨਹੀਂ ਦੇਣਾ ਚਾਹੀਦਾ। ਇਹ ਦੋ ਕੁ ਆਪਣਾ ਇਹੋ ਜਿਹੇ ਹੁੰਦੇ ਆ ਕਿ ਵੀ ਕਹਿ ਲਓ ਵੀ ਜਿਹੜੇ ਫੇਮ ਦੀ ਰਾਜਨੀਤੀ 2 ਮਿੰਟ ਵਾਸਤੇ ਟੀਵੀ 'ਤੇ ਆਉਣ ਵਾਸਤੇ, ਇਹ ਕਿੱਡੇ ਕੁ ਸਿੱਖਾਂ ਦੇ ਹਮਾਇਤੀ ਆ, ਇਹ ਕਿੱਡੇ ਕੁ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲੇ ਕਰਕੇ ਇਹਨਾਂ ਨੂੰ ਕੀ ਸਿੱਖਾਂ ਦੇ ਵਾਸਤੇ ਮਿਲ ਜਾਣਾ ਜਾਂ ਇਹਨਾਂ ਨੂੰ ਕੀ ਹਾਸਲ ਹੋ ਜਾਣਾ? ਇਹ ਇਹਨਾਂ ਨੂੰ 2 ਮਿੰਟ ਦਾ ਆਪਣਾ ਫੇਮ ਚਾਹੀਦਾ ਸੀਗਾ, ਉਹਦੇ ਵਾਸਤੇ ਸਾਡੀ ਪੋਲੀਟੀਕਲ, ਸਾਡੇ ਉਹ ਲੀਡਰ ਆ ਰਾਜੀਵ ਗਾਂਧੀ ਜੀ, ਸਾਡੇ ਪਾਰਟੀ ਦੇ ਬੜੇ ਮਤਲਬ ਬੜੇ ਕੀ ਸਾਡੀ ਪਾਰਟੀ ਦੇ ਵਿੱਚ ਬਹੁਤ ਵੱਡਾ ਕੰਟਰੀਬਿਊਸ਼ਨ ਆ, ਦੇਸ਼ ਦੇ ਪ੍ਰਧਾਨ ਮੰਤਰੀ ਆ, ਬਹੁਤ ਕੁਛ ਉਹਨਾਂ ਨੇ ਕੀਤਾ, ਬੜਾ ਕੁਛ ਹੈਗਾ, ਸਾਨੂੰ ਉਹਨਾਂ ਨੂੰ ਡਿਫੈਂਡ ਕਰਨਾ ਪੈਣਾ, ਕੈਪਟਨ ਸਾਹਿਬ ਵੀ ਤਾਂ ਹੀ ਇਸ ਗੱਲ ਹੈ। ਲੇਕਿਨ ਮੇਰੀ ਇੱਕ ਬੇਨਤੀ ਆ, ਇਹੋ ਜਿਹੜੇ ਮੈਂ ਕਹੂੰਗਾ ਵੀ ਇੱਕ ਤਰ੍ਹਾਂ ਤੋਂ ਸਟਰੀਟ ਪੋਲਿਟਿਕਸ ਨਾ, ਜਿਹੜੀ ਸੜਕ ਸ਼ਾਹ ਪੋਲਿਟਿਕਸ ਆ ਜਿਹੜੀ ਇਹ ਕਰ ਰਹੇ ਆ ਇਸ ਟਾਈਮ, ਬੇਸ਼ੱਕ ਇਹ ਪੋਲਿਟਿਕਸ ਤੋਂ ਅਸੀਂ ਲੋਕਾਂ ਨੂੰ ਅਵੇਅਰ ਨਾ ਕਰੀਏ? ਨਹੀਂ, ਮੈਂ ਤੁਸੀਂ ਅਵੇਅਰ ਕਰੋ, ਲੇਕਿਨ ਇਹਨਾਂ ਨੂੰ ਨਾ ਕਰੀਏ। ਦੇਖੋ ਤੁਸੀਂ ਜਾਗਰੂਕ ਕਰੋ, ਲੇਕਿਨ ਇਹਨਾਂ ਦਾ ਮਕਸਦ ਕੀ ਸੀਗਾ? ਇਹਨਾਂ ਦਾ ਮਕਸਦ ਸਿਰਫ ਟੀਵੀ ਤੇ ਆਣਾ ਸੀਗਾ? ਟੀਵੀ ਤੇ ਆਣਾ ਹੋਵੇ, ਮਕਸਦ ਹੋਵੇ ਵਰਿੰਦਰ ਢਿੱਲੋ, ਸਾਰਿਆਂ ਦਾ ਮਕਸਦ ਹੁੰਦਾ ਕੋਈ ਨਾ ਕੋਈ, ਤੁਹਾਡਾ ਵੀ ਸਾਰਿਆਂ ਦਾ ਮਕਸਦ ਹੈ। ਮਕਸਦ ਜੇ ਕੋਈ ਸਿਆਸੀ ਪਾਰਟੀ 'ਚ ਸਾਰਿਆਂ ਦਾ ਮਕਸਦ ਹੈਗਾ, ਅਸੀਂ ਤਾਂ ਫਿਰ ਦੱਸਣਾ ਨਾ ਵੀ ਇਹ ਕਰਦੇ ਕੀ ਪਏ ਹੈਗੇ ਆ। ਕੇਪੀ ਜੀ, ਮੇਰੀ ਬੇਨਤੀ ਇਹ ਆ, ਮੁੱਦਿਆਂ ਦੀ ਰਾਜਨੀਤੀ ਦੇ ਵਿੱਚ ਜਦੋਂ ਇਹੋ ਜਿਹੀ ਅੱਜ ਕੱਲ੍ਹ ਆ ਫੇਸਬੁੱਕ ਪੋਲੀਟਿਕਸ ਆ, ਫੋਟੋ ਪੋਲੀਟਿਕਸ, ਫੋਟੋ ਓਪਰਚੁਨਿਟੀ, ਵੀ 2 ਮਿੰਟ ਜਾ ਕੇ ਅੱਜ ਸਾਰਾ ਦਿਨ ਕੈਪਟਨ ਅਮਰਿੰਦਰ ਸਿੰਘ ਹੋਵੇ, ਰਾਹੁਲ ਗਾਂਧੀ ਹੋਵੇ, ਉਹ ਆਪਟਿਕਸ ਵਾਲੀ ਪੋਲੀਟਿਕਸ ਨਹੀਂ ਕਰਦੇ। ਅਗਰ ਅਸੀਂ ਕੁਛ ਕਰਦੇ ਹਾਂ, ਤੁਸੀਂ ਇਹ ਪਤਾ ਕੀਤਾ ਕਿ ਬੁੱਤ ਕਿਹੜੀ ਥਾਂ ਤੇ ਲੱਗਿਆ? ਦੇਖੋ ਬਿਲਕੁਲ, ਤੁਸੀਂ ਇਹ ਪਤਾ ਕੀਤਾ ਬੁੱਤ ਕਿਹੜੀ ਥਾਂ ਤੇ ਲੱਗਿਆ, ਉਹ ਥਾਂ ਕਿੰਦੇ ਵੱਲੋਂ ਅਪਰੂਵ ਹੈਗੀ ਹੈ ਪਤਾ ਕੀਤਾ? ਮੇਰੀ ਬੇਨਤੀ ਸੁਣੋ ਕੇਪੀ ਜੀ, ਨਹੀਂ ਮੈਨੂੰ ਨਹੀਂ ਪਤਾ ਹੈਗਾ, ਪਤਾ ਕਰ ਲਿਓ, ਮੈਂ ਬ੍ਰੇਕ ਲਾਉਂਗਾ, ਬ੍ਰੇਕ 'ਚ ਪਤਾ ਕਰ ਲਿਓ, ਜ਼ਰੂਰ ਪਤਾ ਕਰ ਲਿਓ। ਮੇਰੀ ਬੇਨਤੀ ਤੁਹਾਨੂੰ ਇੰਨੀ ਜ਼ਰੂਰ ਆ ਵੀ ਇਹੋ ਜਿਹੇ ਬੰਦਿਆਂ ਨੂੰ ਐਵੇਂ ਟੀਵੀ ਦੇ ਉੱਤੇ ਔਰ ਇਹ ਜਿਹੜੇ ਡਰਾਮੇਬਾਜ਼ੀ ਕਰਦੇ ਆ ਨਾ, ਇਹ ਡਰਾਮੇਬਾਜ਼ੀ ਆਪਾਂ ਨੂੰ ਨਹੀਂ ਹੋਣ ਦੇਵਾਂਗੇ। ਵਰਿੰਦਰ ਢਿੱਲੋਂ, ਮੈਂ ਤੁਹਾਡਾ ਇਤਫਾਕ ਰੱਖਦਾ, ਨਹੀਂ ਹੋਣ ਦੇਵਾਂਗੇ ਡਰਾਮੇਬਾਜ਼ੀ, ਇਹ ਡਰਾਮੇਬਾਜ਼ੀ ਦੇ ਅੰਤ ਅੰਜਾਮ ਤੱਕ ਜਾਵਾਂਗੇ ਅਸੀਂ, ਡਰਾਮੇਬਾਜ਼ੀ ਦੇ ਪਿੱਛੇ ਹੈ ਕੀ ਆ। ਮਨਜੀਤ ਸਿੰਘ, ਇਹ ਸਾਰਾ ਕੁਛ ਮਾਡਲ ਦਿੱਲੀ ਤੋਂ ਆਇਆ ਜਾਂ ਸੜਕ ਛਾਪ ਜਿਹਨਾਂ ਨੂੰ ਇਹ ਕਹਿ ਰਹੇ ਸੜਕ ਛਾਪ ਦੱਸਦੇ ਪਏ ਹੈ ਕਿ ਇਹ ਯੂਥ ਅਕਾਲੀ ਦਲ ਦੇ ਲੀਡਰ ਹੈ, ਇਹ ਸੜਕ ਛਾਪ ਕਹਿੰਦੇ ਪਏ ਉਹਨਾਂ ਨੂੰ? ਦੇਖੋ ਇਹ ਤੇ ਮੇਰੇ ਲਈ ਤੇ, ਮੈਂ ਤੇ ਕੋਈ ਇੰਟੈਲੀਜੈਂਸ ਏਜੰਸੀਆਂ 'ਚ ਹੈ ਨਹੀਂ ਗਾ, ਤੁਰੰਤ ਇਹ ਦੱਸ ਦਿਆਂ ਕਿ ਦਿੱਲੀ ਤੋਂ ਆਇਆ ਕਿ ਇੱਥੋਂ ਆਇਆ, ਪਰ ਜੋ ਮਾਹੌਲ ਪੈਦਾ ਕੀਤਾ ਜਾ ਰਿਹਾ ਇਹੋ ਜਿਹੀਆਂ ਗੱਲਾਂ ਦੇ ਨਾਲ, ਇਹ ਬਹੁਤ ਹੀ ਅਫਸੋਸਜਨਕ ਆ। ਇਹ ਕਿਸੇ ਵੇਲੇ ਤੁਹਾਨੂੰ ਪਤਾ ਅਫਗਾਨਿਸਤਾਨ 'ਚ ਵੀ ਉਹਨਾਂ ਨੇ ਸਟੈਚੂ ਤੋੜੇ ਸੀ, ਬਹੁਤ ਪੁਰਾਣੇ ਪੁਰਾਣੇ। ਹੁਣ ਇਸੇ ਤਰੀਕੇ ਨਾਲ ਸਾਡੇ ਵੀ ਕਿਸੇ ਵੇਲੇ ਜਿਹੜੇ ਨਕਸਲਾਈਟ ਮੂਵਮੈਂਟ, ਉਹ ਵੀ ਇਹੋ ਜਿਹਾ ਕਦੀ ਕਦੀ ਕੰਮ ਇਹੋ ਜਿਹਾ ਕਰਦੇ ਸੀਗੇ। ਤੁਹਾਨੂੰ ਪਤਾ ਤ੍ਰਿਪੁਰਾ ਦੇ ਵਿੱਚ ਬੁੱਤ ਤੋੜੇ ਐਤਕੀ ਬੀਜੇਪੀ ਨੇ, ਫਿਰ ਅੰਬੇਦਕਰ ਦੇ ਬੁੱਤ ਨੂੰ ਇਸੇ ਤਰੀਕੇ ਨਾਲ ਤੋੜ ਕੇ ਉਹਨਾਂ ਨੇ ਬੇਇੱਜ਼ਤ ਕੀਤਾ ਸੀਗਾ। ਇਹ ਜਿਹੜੇ ਨਵੀਂ ਕਿਸਮ ਦੀ ਰਾਜਨੀਤੀ ਸਾਡੇ ਹਿੰਦੁਸਤਾਨ, ਮੈਂ ਸਵਾਲ ਇਸ ਕਰਕੇ ਕੀਤਾ ਸੀ, ਪੰਜਾਬ ਦੇ ਵਿੱਚ ਇਹੋ ਜਿਹੀ ਸਿਆਸਤ ਹੁੰਦੀ ਨਹੀਂ,
साफ देख पिया कि अकाली दल ने कराई आ उन्हें लिप वो रात में भी नेरी च भी कर सकते जो उन्होंने छुप के करनी होंगी तो जो सेंसेशनल बनाना उन्होंने क्योंकि शरेआम की है यदा मतलब ये मनन या ना मनन धारनी साहब वो इनू ओन भी करते भी असी की है यदा मतलब वो जी धर्म के खुशी अपनी जमीन है अकाली दल की राजनीति उसनू रीगेन करने लिए दो सवाल है मेरे जो कांग्रेस ने चुके कांग्रेस यह कहती है कि ये आपने आपको हाईलाइट करना चाहते थे मीडिया के दूसरा सवाल यह है जो तुम कह रहे हो कि बेअदबी मामले के घेरे हो के वो आपके सारे मुद्दे उपर लिया चाहते हैं योजे मुद्दे चक के नहीं नहीं बिल्कुल सहमत हो दोनों चीजें नहीं नहीं बिल्कुल ठीक है जी पहली गल तुम कि कहने ਜਿਹੜੀ ਗੱਲ ਇਹ ਕਹਿ ਰਹੇ ਆ ਕਿ ਇਹ ਸੜਕ ਛਾਪ ਇਹਨਾਂ ਦੱਸ ਰਹੇ ਆ ਮੀਡੀਆ ਨੂੰ ਬਿਲਕੁਲ 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 ਮੈਂ ਤੇ ਕੰਡੈਮ ਕਰਦਾ ਹੀ ਆ ਵੀ ਇਹ ਬਹੁਤ ਹੀ ਲੋ ਲੈਵਲ ਦੀ ਘਟੀਆ ਕਿਸਮ ਦੀ ਜੇ ਰਾਜਨੀਤੀ ਇਹਨੂੰ ਕਹਿੰਦੇ ਆ ਮੈਂ ਇਹਨੂੰ ਰਾਜਨੀਤੀ ਨਹੀਂ ਮੰਨਦਾ ਚਲੋ ਠੀਕ ਹੈ ਇੱਕ ਮੈਂ ਛੋੜੇ ਬਿਲਕੁਲ ਬਿਲਕੁਲ ਇਹ ਮੈਂ ਛੋੜਾ ਇਹ ਵਕਫਾ ਲੈਣਾ ਵਕਫੇ ਤੋਂ ਵਾਪਸ ਆਉਂਗਾ ਸਿਆਸਤ ਕੀਤੀ ਜਾ ਰਹੀ ਹੈ ਕਿ ਇਸ ਮੁੱਦੇ ਤੇ ਹਾਲਾਂਕਿ ਮੀਡੀਆ ਦੇ ਵਿੱਚ ਇਸ ਮੁੱਦੇ ਨੂੰ ਉਛਾਲਿਆ ਨਹੀਂ ਜਾਣਾ ਚਾਹੀਦਾ ਕਿ ਸਲਾਹਾਂ ਦਿੱਤੀਆਂ ਜਾ ਰਹੀਆਂ ਇਹ ਸਵਾਲ ਵਾਜਬ ਹੈ ਕੀ ਹੈ ਸਲਾਹ ਵਾਜਬ ਵੀ ਹੋ ਸਕਦੀ ਹੈ ਪਰ ਇਹ ਸਲਾਹ ਦੇ ਪਿੱਛੇ ਅਸਲ ਸਿਆਸਤ ਕਿਹੜੀ ਹੈ ਕੀ ਹੈ ਉਹ ਕਿਹੜੀ ਥਾਂ ਤੇ ਬੁੱਤ ਲੱਗਿਆ ਹੈਗਾ ਉਹ ਬੁੱਤ ਕਿਹਨੇ ਲਗਵਾਇਆ ਸੀਗਾ ਤੇ ਇਸ ਬੁੱਤ ਨੂੰ ਕਾਲਖ ਪੁੱਤਨ ਪਿੱਛੇ ਅਸਲ ਸਿਆਸਤ ਕਿਹੜੀ ਹੈ ਕੀ ਹੈ ਇਹ ਸਿਆਸਤ ਦਿੱਲੀ ਤੋਂ ਤਾਂ ਚੱਲ ਕੇ ਆਈ ਬ੍ਰੇਕ ਤੋਂ ਵਾਪਸ ਆ ਕੇ ਸਾਰੇ ਸਵਾਲ ਲਵਾਂਗੇ ਜਰੂਰ ਟੁਕੜੇ ਟੁਕੜੇ ਬੰਬ ਨਾਲ ਉਡਾਇਆ ਸੀ ਤੁਸੀਂ ਉਹਦੀ ਬੁੱਤ ਨਾਲ ਛੇੜਖਾਨੀਆਂ ਕਰਦੇ ਹੋ ਭੈ ਲੱਗਦਾ ਕਾਂਗਰਸੀਆਂ ਦੇ ਮੂਹਰੇ ਆਉਣ ਨੂੰ ਆਓ ਮੁਕਾਬਲਾ ਕਰੋ ਮੈਦਾਨ 'ਚ ਹੈ ਹਿੰਮਤ ਹੈ ਜਾਨ ਤਾਂ ਕਰੋ ਮੁਕਾਬਲਾ ਪਰ ਇਹ ਮੈਨੂੰ ਇਹ ਵਿਸ਼ਵਾਸ ਆ ਵੀ ਸੁਖਬੀਰ ਸਿੰਘ ਬਾਦਲ ਮਾਫ਼ੀ ਵੀ ਮੰਗੇਗਾ ਅਤੇ ਸੁਖਬੀਰ ਸਿੰਘ ਬਾਦਲ ਇਹ ਪਾਰਟੀ ਨੂੰ ਪਾਰਟੀ ਇਹ ਜਿਹੜੇ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਵੀ ਹਰਕਤ ਕੀਤੀ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢੇਗਾ ਤਾਂ ਮਾੜੀ ਮੋਟੀ ਮੈਂ ਸਮਝਦਾ ਜਿਹੜੀ ਆ ਲੋਕਾਂ ਦੇ ਵਿੱਚ ਛਵੀ ਆ ਉਹ ਬਚ ਸਕਦੀ ਆ ਨਹੀਂ ਇਹ ਜਾਪਦਾ ਏ ਇਹ ਜਾਪੂਗਾ ਵੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਇਹ ਬਹੁਤ ਹੀ ਛੋਟੀ ਹਰਕਤ ਆ ਜਿਹੜੀ ਉਹਨਾਂ ਦੇ ਪੋਲੀਟੀਕਲ ਲੋਕਾਂ ਨੇ ਕੀਤੀ ਆ ਉਹ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ 'ਤੇ ਕੀਤੀ ਜੇ ਸੱਚਾ ਸਿੱਖ ਹੈ ਕੈਪਟਨ ਆਪ ਕਾਲਸ ਮਨੇ ਆਪਣੇ ਮਸਲੇ ਗਾਂਧੀ ਪਰਿਵਾਰ ਦੇ ਮੂੰਹ 'ਤੇ ਗਾਂਧੀ ਪਰਿਵਾਰ ਜਿਹਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਹੈ ਉਹਦੀ ਹਮਾਇਤ ਕਰ ਰਿਹਾ ਇਹ ਤੋਂ ਮਾੜਾ ਇਨਸਾਨ ਨਹੀਂ ਹੋ ਸਕਦਾ ਜਿਹੜਾ ਦੋਸ਼ੀਆਂ ਨੂੰ ਜਿਹਨੇ ਕਤਲੇਆਮ ਕੀਤਾ ਹਜ਼ਾਰਾਂ ਸਿੱਖਾਂ ਦੇ ਉਹਨਾਂ ਦੋਸ਼ੀਆਂ ਦੀ ਸਪੋਰਟ ਕਰੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਲੁਧਿਆਣਾ 'ਚ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਪੁੱਤਨ ਪਿੱਛੇ ਕਿਹੜੀ ਸਿਆਸਤ ਹੈਗੀ ਹੈ ਡਾਕਟਰ ਦੋਸਤ ਚਲੋ ਡਾਕਟਰ ਦੋਸਤ ਚਲੋ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਕਿ ਸੁਖਬੀਰ ਬਾਦਲ ਮਾਫ਼ੀ ਮੰਗੇ ਰਵਨੀਤ ਬਿੱਟੂ ਕਹਿ ਰਿਹਾ ਕਿ ਸੁਖਬੀਰ ਬਾਦਲ ਮੈਨੂੰ ਉਮੀਦ ਆ ਕਿ ਮਾਫ਼ੀ ਮੰਗਣਗੇ ਸਵਾਲ ਇਹ ਹੈਗਾ ਕਿ ਇਹੋ ਜਿਹੀ ਪੋਲਿਟਿਕਸ ਹੋਣੀ ਚਾਹੀਦੀ ਆ 1984 ਸਿੱਖ ਕਤਲੇਆਮ ਉਹਦੇ 'ਚ ਕੋਈ ਸ਼ੱਕ ਨਹੀਂ ਗਾ ਕਿ ਬਹੁਤ ਵੱਡਾ ਮੁੱਦਾ ਉਹ 'ਚ ਕੋਈ ਸ਼ੱਕ ਨਹੀਂ ਗਾ ਕਿ ਦੋਸ਼ੀਆਂ ਨੂੰ ਸਜ਼ਾਵਾਂ ਹੋਣੀਆਂ ਚਾਹੀਦੀਆਂ ਮੁਲਜ਼ਮ ਸਲਾਖਾਂ ਦੇ ਪਿੱਛੇ ਜਾਣੀ ਚਾਹੀਦੀ ਆ ਇਹੋ ਜਿਹੀ ਸਿਆਸਤ ਨੂੰ ਤੁਸੀਂ ਮੰਨਦੇ ਹੋ ਵੀ ਇਹ ਸਿਆਸੀ ਕਿਰਦਾਰ ਹੈਗੇ ਆ ਦੇਖੋ ਗੱਲ ਬੜੀ ਸਾਫ਼ ਆ ਰਾਜੀਵ ਗਾਂਧੀ ਅੱਜ ਦਾ ਨਹੀਂ ਗੁਨਾਹਗਾਰ ਇਹ 34 ਸਾਲ ਤੋਂ ਇਹ ਗੱਲ ਉਹਦੇ 'ਤੇ ਫਿੰਗਰ ਆ ਰਹੀ ਆ ਨੀਡਲ ਜੀ ਕਿ ਉਸਨੇ ਇਹ ਸਾਰੇ ਜੋ ਵੀ ਕਤਲੋਗਾਰ ਸਿੱਖਾਂ ਦੀ ਕਰਾਈ ਹੈ ਲੇਕਿਨ 34 ਸਾਲ ਤੱਕ ਤੁਸੀਂ ਚੁੱਪ ਰਹੇ ਅੱਜ ਤੁਹਾਡੀਆਂ ਅੱਖਾਂ ਖੁੱਲ੍ਹ ਗਈਆਂ 34 ਸਾਲ ਜਦੋਂ ਇਹ ਸਾਰੀ ਚੀਜ਼ ਲਗਾਤਾਰ ਚੱਲਦੀ ਰਹੀ ਜ਼ਖਮ ਲੋਕਾਂ ਦੇ ਇਸ ਗੱਲ ਦੇ ਵਿੱਚ ਭਿੱਜੇ ਹੋਏ ਸੀ ਲਹੂ ਦੇ ਨਾਲ ਅਤੇ ਪੀਕ ਦੇ ਨਾਲ ਅਤੇ ਉਸ ਵੇਲੇ ਨਹੀਂ ਤੁਸੀਂ ਇਹ ਮਸਲੇ ਉਠਾਏ ਇਹ ਸਵਾਲ ਇਹਨਾਂ ਦੇ ਉੱਤੇ ਆ ਅਕਾਲੀਆਂ ਦੇ ਉੱਤੇ ਅੱਜ ਤੁਹਾਨੂੰ ਇਹ ਗੱਲ ਮਤਲਬ ਅੱਜ ਰਾਜੀਵ ਗਾਂਧੀ ਜਾਗ ਪਿਆ ਦੋ ਕਿਤਾਬਾਂ ਹੂ ਆਰ ਦਾ ਗਿਲਟੀ ਰਜਨੀ ਕੋਠਾਰੀ ਅਤੇ ਹੋਰ ਦੂਸਰੇ ਬੜੇ ਰਿਸਪੈਕਟਡ ਆਥਰਸ ਉਹਨਾਂ ਨੇ ਲਿਖੀਆਂ 17 ਦਿਨ ਦੇ ਅੰਦਰ ਅੰਦਰ ਲਿਖਤੀਆਂ ਉਹਦੇ 'ਚ ਰਾਜੀਵ ਗਾਂਧੀ ਨੂੰ 100% ਬਲੇਮ ਦਿੱਤਾ ਗਿਆ ਇਸੇ ਤਰੀਕੇ ਨਾਲ ਸੀਕਰੀ ਸਾਹਿਬ ਦੀ ਹੈ ਫਾਰਮਰ ਚੀਫ ਜਸਟਿਸ ਸੀ ਉਹ ਇੰਡੀਆ ਦੇ ਉਹਨਾਂ ਨੇ ਕਿਤਾਬ ਲਿਖੀ ਆ ਇੰਡੀਆ 31st October to 4th November ਔਰ ਉਸ ਦੇ ਵਿੱਚ ਸੀਕਰੀ ਸਾਹਿਬ ਉਹ ਫਾਰਮਰ ਚੀਫ ਜਸਟਿਸ ਸੀ ਇੰਡੀਆ ਦੇ ਉਸ ਤੋਂ ਇਲਾਵਾ ਬਹੁਤ ਸੈਲੀਬ੍ਰੇਟਡ ਜਿਹੜੇ ਬੰਦੇ ਸੀ ਉਹ ਵੀ ਨਾਲ ਉਹਨਾਂ ਦੇ ਕੋ ਔਥਰ ਸੀ ਉਹਨਾਂ ਨੇ ਵੀ ਰਾਜੀਵ ਗਾਂਧੀ ਨੂੰ ਬਲੇਮ ਕੀਤਾ ਕਿ ਉਸ ਵੇਲੇ ਮਤਲਬ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਜਾਂ ਇਹਨਾਂ ਦੇ ਜਿਹੜੇ ਕਾਰਨ ਕੋ ਨਾ ਉਹ ਸੁੱਤੇ ਰਹੇ ਇੰਨੀ ਦੇਰ ਤੱਕ ਸੁਮੇਧ ਸਿੰਘ ਸੈਣੀ ਨੂੰ ਸਹੁੰ ਤਾਂ ਖਾਧੀ ਨਹੀਂ ਸੀ ਔਰ ਉਸ ਨੇ ਸੈਂਕੜੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਔਰ ਓਨ ਕਰ ਰਿਹਾ ਸੀ ਔਰ ਉਸ ਨੂੰ ਤੁਸੀਂ ਲਿਆ ਕੇ DGP ਬਣਾਤਾ ਹਲੇ ਸਹੁੰ ਖਾਣ ਤੋਂ ਪਹਿਲਾਂ ਹੀ ਇਸੇ ਤਰੀਕੇ ਨਾਲ ਉਹ ਸੈਨਾ ਜਿਸ ਨੇ ਬਣਾਈ ਸੀ ਆਲਮ ਨੇ ਉਸ ਨੂੰ ਤੁਸੀਂ ਕਿੱਡੇ ਵੱਡੇ ਵੱਡੇ ਅਹੁਦੇ ਦੇ ਦਿੱਤੇ ਤੋ ਮਤਲਬ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ ਕੋਈ ਵੀ ਸਾਫ਼ ਸੁਥਰਾ ਨਹੀਂ ਜਿਸ ਦਾ ਕਿਰਦਾਰ ਸਾਫ਼ ਸੁਥਰਾ ਹੋਵੇ ਜਿਸ ਨੂੰ ਲੋਕ ਦੇਖ ਸਕਣ ਜਿਸ 'ਤੇ ਲੋਕ ਇਹੋ ਜਿਹੀ ਮਾਣ ਅਤੇ ਸਤਿਕਾਰ ਚਲੋ ਮੈਂ ਸਵਾਲ ਇਹ ਜਿਹੜਾ ਕੀਤਾ ਸੀ ਤੁਹਾਨੂੰ ਇਹੋ ਜਿਹੀ ਸਿਆਸਤ ਨੂੰ ਤੁਹਾਡੇ ਵਰਗੇ ਇੰਟਲੈਕਚੁਅਲ ਆ ਉਹ ਪਸੰਦ ਕਰਦੇ ਕਿ ਨਹੀਂ ਦੇਖੋ ਅਸੀਂ ਸਾਫ਼ ਸੁਥਰੀ ਸਿਆਸਤ ਨੂੰ ਪਸੰਦ ਕਰਦੇ ਹਾਂ ਰਾਜੀਵ ਗਾਂਧੀ ਦਾ ਜਿੰਨਾ ਵੀ ਕਸੂਰ ਆ ਜਿੰਨਾ ਵੀ ਉਸ ਦਾ ਗੁਨਾਹ ਜਿੰਨਾ ਵੀ ਬੜਾ ਉਸਨੇ ਕ੍ਰਾਈਮ ਕੀਤਾ ਉਸ ਦੇ ਉੱਤੇ ਤੁਸੀਂ ਕਿਤਾਬਾਂ ਲਿਖੋ ਕਿਹੜਾ ਡਾਕੂਮੈਂਟ ਲਿਖਿਆ ਅਕਾਲੀ ਦਲ ਨੇ
ਉਹ ਜੋ ਮੇਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਟ ਪੇਪਰ ਤੋਂ ਇਲਾਵਾ ਉਹਨਾਂ ਨੇ ਕਿਹੜਾ ਕਿਹੜਾ ਲਿਖਿਆ? ਉਹਨਾਂ ਨੂੰ ਚਾਹੀਦਾ ਸੀ ਕਿ ਇਸ ਕਿਸਮ ਦੇ ਕਤਲੋਗਾਰਤ ਦੇ ਉੱਤੇ, ਇਸ ਕਿਸਮ ਦੇ ਜੈਨੋਸਾਈਡ ਦੇ ਉੱਤੇ 10 ਤੋਂ 20 ਕਿਤਾਬਾਂ ਲਿਖਦੇ ਹੋ, ਲਿਖਾਉਂਦੇ ਜੇ ਆਪ, ਉਸ ਦੀ ਕੈਪੈਸਿਟੀ ਨਹੀਂ ਹੈ। ਉਸ ਗੱਲ ਨੂੰ ਐਡਾ ਪਰਮਾਨੈਂਟ ਰਿਕਾਰਡ ਬਣਾ ਦਿੰਦੇ ਦੁਨੀਆ ਦੇ ਸਾਹਮਣੇ, ਜਦੋਂ ਵੀ ਆਉਣ ਵਾਲੀਆਂ ਜਿਹੜੀਆਂ ਨਸਲਾਂ ਉਸ ਨੂੰ ਪੜ੍ਹਦੀਆਂ, ਉਹਨਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ, ਦਸਤਾਵੇਜ਼ ਬਣਦੇ, ਡਾਕੂਮੈਂਟ ਬਣਦੇ, ਜਿਨ੍ਹਾਂ ਨੂੰ ਪ੍ਰਿਜ਼ਰਵ ਕੀਤਾ ਜਾਂਦਾ ਤਾਂ ਕਿ ਆਉਣ ਵਾਲੇ ਜਨਰੇਸ਼ਨ, ਤੁਸੀਂ ਤਾਂ ਸੁੱਤੇ ਰਹੇ ਹੋ। ਠੀਕ ਹੈ, ਮੈਂ ਆਉਂਗਾ ਸਲੰਬਰ 'ਚੋਂ ਤੁਸੀਂ। ਤਾਰਨੀ ਸਾਹਿਬ, ਤੁਸੀਂ ਜਿਹੜਾ ਕੰਮ ਕਰਨਾ ਸੀ ਉਹ ਤਾਂ ਕੀਤਾ ਨਹੀਂ ਗਾ। ਸਵਾਲ ਇਹ ਹੈਗਾ ਕਿ ਹੁਣ ਜਿਹੜੀ ਇਹ ਬੁੱਤ ਵਾਲੀ ਸਿਆਸਤ ਹੈ, ਇਹ ਸਿਰਫ ਤੁਸੀਂ ਪੰਜਾਬ ਦੇ ਮੁੱਦਿਆਂ ਤੋਂ ਪਾਸੇ ਹਟਾਉਣ ਦੇ ਲਈ ਸਭ ਕੁਛ ਕੀਤਾ? ਤੁਹਾਡੇ ਇਲਜ਼ਾਮ ਇਹ ਵੀ ਹੈ ਕਿ ਪੰਚਾਇਤੀ ਚੋਣਾਂ ਦੇ ਵਿੱਚ ਹੁਣ ਤੁਸੀਂ ਦੇਖ ਲਿਆ ਕਿ ਹਾਰ ਸਾਹਮਣੇ ਪਿਆ, ਅਤੇ ਹੁਣ ਤੁਹਾਡਾ ਜਿਹੜਾ ਗਰਾਊਂਡ 'ਤੇ ਵਿਰੋਧ ਹੋ ਰਿਹਾ, ਅਤੇ ਹੁਣ ਨਵੇਂ ਮੁੱਦੇ ਲੈ ਕੇ ਆਓ, ਇਹੋ ਜਿਹੇ ਇਸ਼ੂ ਚੱਕ ਲਓ, ਅਤੇ ਉਸ ਤੋਂ ਬਾਅਦ ਪਾਸੇ ਹੋ ਜਾਓ ਬਸ। ਦੇਖੋ KP ਜੀ, ਪਹਿਲੀ ਗੱਲ ਤਾਂ ਇਹ ਹੈ, ਮੈਂ ਤੁਹਾਨੂੰ ਕਰੈਕਟ ਕਰ ਦੇਵਾਂ, ਮੈਂ ਪਹਿਲਾਂ ਵੀ ਬਿਲਕੁਲ ਕਲੀਅਰ ਕਰ ਚੁੱਕਿਆ ਕਿ ਸਾਡੀ ਪਾਰਟੀ ਦਾ ਕੋਈ ਪ੍ਰੋਗਰਾਮ ਐਸਾ ਨਹੀਂ ਹੈ। ਫਿਰ ਤੁਸੀਂ ਕਾਰਵਾਈ ਕਰਨ ਜਾ ਰਹੇ ਹੋ? ਮੇਰੀ ਗੱਲ ਸੁਣੋ ਤਾਰਨੀ ਸਾਹਿਬ, ਫਿਰ ਅਗਲਾ ਸਵਾਲ ਵੀ ਲੈ ਲਓ ਨਾਲ, ਤੁਸੀਂ ਕਾਰਵਾਈ ਕਰਨ ਜਾ ਰਹੇ ਉਹਨਾਂ 'ਤੇ? ਫਿਰ ਮੇਰੀ ਬੇਨਤੀ ਤਾਂ ਸੁਣੋ, ਮੇਰੀ ਗੱਲ ਤਾਂ ਆਉਣ ਦਿਓ ਨਾ। ਦੇਖੋ ਪਿਛਲੇ ਟਾਈਮ ਦੇ ਵਿੱਚ ਕੀ ਹੋਇਆ, ਇੱਕ ਪਾਇਲਟ ਦੀ ਟਾਈਟਲਰ ਦੀ ਇੰਟਰਵਿਊ ਆਈ, ਜਿਹਦੇ ਵਿੱਚ ਉਹ ਮੰਨਿਆ ਕਿ ਰਾਜੀਵ ਗਾਂਧੀ ਸਾਹਿਬ ਤੁਹਾਡੇ ਮੁਤਾਬਕ ਡਿਬੇਟ ਚੱਲਣ ਲੱਗ ਪਈ ਤਾਂ ਤੁਸੀਂ ਸਾਰਾ ਟਾਈਮ ਦੇ ਜਾਓਗੇ। ਮੈਂ ਸਵਾਲ ਬੜਾ ਸਿੰਪਲ ਕੀਤਾ, ਜੇ ਤੁਸੀਂ ਆਨ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ, ਕੀ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਜਾ ਰਹੇ ਹੋ? ਨਹੀਂ, ਸਾਡੀ ਪਾਰਟੀ ਦੇ ਖਿਲਾਫ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਅਸੀਂ ਕਿਉਂ ਉਹਨਾਂ ਦੇ ਖਿਲਾਫ ਤੁਸੀਂ ਨਹੀਂ ਕਾਰਵਾਈ ਕਰ ਰਹੇ? ਮੈਂ ਦੱਸਾਂ ਇਹਨਾਂ ਨੇ ਤੁਹਾਡੇ ਤੇ ਸਵਾਲ ਕੀਤਾ ਕਿ 34 ਸਾਲ ਤੁਸੀਂ ਕੀ ਕਰ ਰਹੇ ਹੋ? ਮੈਂ ਤੁਹਾਨੂੰ ਉਸ ਸਵਾਲ ਦੇ ਨਾਲ ਐਡ ਹੋਣੇ ਕੋਰ ਸਵਾਲ ਕਰ ਰਹੇ ਤੁਸੀਂ। ਗੁਰਦੀਪ ਸਿੰਘ ਗੋਸ਼ਾ, ਜਿਹਦਾ ਜ਼ਿਕਰ ਕਰ ਰਹੇ ਤੁਸੀਂ, ਯੂਥ ਅਕਾਲੀ ਦਲ ਦੇ ਆਗੂ ਨੇ, ਉਹ ਉਸੇ ਇਲਾਕੇ ਦੇ ਵਿੱਚ ਰਹਿੰਦੇ ਨੇ, 1 ਕਿਲੋਮੀਟਰ ਦੇ ਅੰਦਰ ਬਾਹਰ ਉਹਨਾਂ ਦਾ ਘਰ ਹੈਗਾ, ਰੋਜ਼ ਉਸੇ ਰਸਤੇ ਤੋਂ ਲੰਘਦੇ, ਹੋਣੀ ਉਹਨਾਂ ਨੂੰ ਕਿਉਂ ਗੁੱਸਾ ਆਇਆ? ਤਾਰੀ ਸਾਹਿਬ, ਇਸ ਸਵਾਲ ਦਾ ਜਵਾਬ ਦੇ ਦਿਓ। ਦੂਜਾ ਸਵਾਲ ਵੀ ਲੈ ਲਓ ਦਾ ਇਹ ਵੀ ਜਵਾਬ ਦਿਓ, ਉਹ ਬੁੱਤ ਕਿਹੜੀ ਥਾਂ ਤੇ ਬਣਿਆ ਤੁਹਾਨੂੰ ਪਤਾ? ਕਿੰਨੇ ਸਾਲ ਹੋ ਗਏ ਉਹਨੂੰ ਬਣੇ ਤੁਹਾਨੂੰ ਪਤਾ? 10-11 ਸਾਲ ਹੋਏ ਬਣੇ ਨੂੰ। ਹਾਂ, ਮੈਂ ਦੱਸ ਦਿੰਦਾ, ਉਹ ਬੁੱਤ ਵਾਲੀ ਜਗ੍ਹਾ ਸਹੀ ਹੈ? ਬਿਲਕੁਲ ਮੈਂ ਦੱਸ ਦਿੰਦਾ। ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ, ਜਿੱਥੋਂ ਤੱਕ ਤਾਂ ਗੋਸ਼ੇ ਵਾਲੀ ਗੱਲ ਹੈਗੀ ਹੈ ਕਿ ਉਸਨੇ ਜਾ ਕੇ ਉਹਦਾ ਮੂੰਹ ਕਾਲਾ ਕੀਤਾ ਜਾਂ ਕੀ ਨਹੀਂ ਕੀਤਾ, ਕਿਸ ਵੇਲੇ ਬੰਦੇ ਦੇ ਮਨ ਦੇ ਵਿੱਚ ਕਿਹੜੀ ਬੁਰਾਈ ਆਈ ਜਾਂ ਚੰਗਾਈ ਆਈ ਜਾਂ ਭਾਵਨਾ ਨੇ ਜਿਹੜਾ ਹੈਗਾ ਵਾਰ ਲਿਆਂਦਾ, ਉਸ ਦੇ ਮੁਤਾਬਕ ਉਸਨੇ ਕਾਰਵਾਈ ਕਿਸ ਟਾਈਮ 'ਤੇ ਕੀਤੀ, ਚਾਹੇ ਉਹ 4 ਸਾਲ ਪਹਿਲਾਂ ਕਰਦਾ ਜਾਂ 10 ਸਾਲ ਪਹਿਲਾਂ ਕਰਦਾ, ਉਹਨੇ ਹੁਣ ਕੀਤੀ। ਦੂਜੀ ਗੱਲ, ਇਹ ਜਿਹੜਾ ਬੁੱਤ ਹੈਗਾ, ਮੇਰਾ ਖਿਆਲ ਹੈ, ਜਿੱਥੋਂ ਤੱਕ ਮੇਰੀ ਪਰਸਨਲ ਨੌਲੇਜ ਹੈਗੀ ਹੈ, ਇਹ ਬੁੱਤ ਕੋਈ ਜੇ ਜਿਸ ਤਰ੍ਹਾਂ ਆਪਾਂ ਦੇਖੀਏ ਕਿ ਗਵਰਨਮੈਂਟ ਲੈਵਲ 'ਤੇ ਇਹ ਬੁੱਤ ਲੱਗਿਆ ਵੀ ਹੈ ਨਹੀਂ, ਇਹ ਬੁੱਤ ਪਤਾ ਨਹੀਂ ਕਿਹਨੇ ਲਾਇਆ। 10 ਸਾਲ ਤੁਸੀਂ ਰਾਜ ਕੀਤਾ, ਫਿਰ ਤੁਸੀਂ ਕੀ ਕੀਤਾ? ਦੇਖੋ ਉਹੀ ਗੱਲ ਹੋ ਗਈ ਨਾ, ਅੱਜ ਤਾਂ ਸਿਰਫ ਮੂੰਹ ਕਾਲਾ ਕਰਦੇ ਸਿਆਸਤ ਬੁੱਤ ਪ੍ਰਸਤ ਹੋ ਗਈ ਹੈ। ਮੈਂ ਉਹੀ ਦੱਸਦਾ, ਜੇ 4 ਸਾਲ ਪਹਿਲਾਂ ਸਾਡੀ ਉਹਦੇ ਟਾਈਮ ਦੇ ਦੌਰਾਨ ਅਸੀਂ ਇਸ ਬੁੱਤ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਤਾਂ ਨਵਾਂ ਪੋਲਿਟਿਕਸ ਖੜੀ ਹੋਣੀ ਸੀ, ਸਮਝੇ ਨਹੀਂ? ਇਸ ਕਰਕੇ ਉਹ ਜਿਹੜਾ ਬੁੱਤ ਲਾਇਆ ਬਾਰੇ ਸਾਹਿਬ, ਤੁਸੀਂ ਇਹ ਮੰਨਦੇ ਹੋ ਕਿ ਨਜਾਇਜ਼ ਹੈ ਬੁੱਤ ਲੱਗਿਆ ਹੋਇਆ? ਬੁੱਤ ਨਜਾਇਜ਼ ਲੱਗਿਆ ਬਿਲਕੁਲ ਲੱਗਿਆ ਭਾਈ, ਤੇ ਤੁਸੀਂ ਕੁਝ ਨਹੀਂ ਕੀਤਾ? ਨਹੀਂ, ਅਸੀਂ ਕਰ ਹੀ ਨਹੀਂ ਸਕਦੇ। ਮੈਂ ਕਹਿੰਦਾ ਮੂੰਹ ਪਰ ਕਾਲਕ ਮਾਲਣ ਨਾਲ ਬੋਲਦੇ ਨਹੀਂ, ਕਿੱਡੀ ਬੜੀ ਸਾਡੇ ਤੇ ਐਲੀਗੇਸ਼ਨ ਆ ਰਹੇ ਹੋਣਗੇ ਸਾਡੇ ਵੱਲ ਕਰ ਰਹੇ ਢਿੱਲੋ ਜੀ ਜੀ, ਇਹ ਕਹਿ ਰਹੇ ਬੁੱਤ ਨਜਾਇਜ਼ ਲੱਗਿਆ ਹੋਇਆ, ਇਹ ਕਹਿ ਰਹੇ ਬੁੱਤ ਨਜਾਇਜ਼ ਲੱਗਿਆ। 10 ਸਾਲ ਇਹਨਾਂ ਦੀ ਸਰਕਾਰ ਰਹੀ, ਵੀ ਨਜਾਇਜ਼ ਕੰਮਾਂ ਨੂੰ ਰੋਕਣ ਨੂੰ ਇਹਨਾਂ ਨੂੰ ਕਿਸੇ ਨੇ ਰੋਕਿਆ ਸੀ? ਮੇਰੇ ਕੋਲ ਤੁਸੀਂ ਹੁਣੇ ਮੈਨੂੰ ਦੱਸਿਆ, ਮੈਂ ਤਾਂ ਇਹਦੀ ਪੋਲਿਟਿਕਸ ਪਿੱਛੇ ਜਾ ਰਿਹਾ, ਪਤਾ ਨਹੀਂ ਕਿ ਇਹਨਾਂ ਦਾ ਕੀ ਇਹ ਗੋਸ਼ਾ ਜੀ ਦਾ ਮਸਲਾ ਹੋਊਗਾ, ਜੋ ਵੀ ਤੁਸੀਂ ਜਿਹਨਾਂ ਦਾ ਵੀ ਨਾਂ ਲੈ ਰਹੇ ਹੋ। ਮੇਰਾ ਸਿਰਫ ਇੱਕ ਗੱਲ ਆ, ਇਹ ਖੂਨੀ ਗੱਦਾਰ ਆਪ ਆ, ਮੈਂ ਇਸ ਗੱਲ ਨੂੰ ਕੋਈ ਡਿਨਾਈ ਨਹੀਂ ਕਰਦਾ। ਇਹਨਾਂ ਨੂੰ ਉਦੋਂ ਨਾ ਯਾਦ ਆਇਆ ਜਦੋਂ ਮੂੰਹ ਕਾਲੇ ਕਰਨੇ, ਜਦੋਂ ਉੱਥੇ ਨੌਜਵਾਨ ਬਹਿਬਲ ਕਲਾਂ 'ਚ ਮਰੇ, ਇਹਨਾਂ ਨੂੰ ਉਦੋਂ ਨਾ ਯਾਦ ਆਇਆ ਜਦੋਂ ਇੰਨੀਆਂ ਬੇਅਦਬੀਆਂ ਹੋਈਆਂ, ਉਦੋਂ ਇਹਨਾਂ ਦੀ ਸਰਕਾਰਾਂ ਸੀਗੀਆਂ, ਉਦੋਂ ਇਹਨਾਂ ਦੀ ਰਿਸਪੋਂਸੀਬਿਲਟੀ ਬਣਦੀ ਸੀਗੀ, ਉਦੋਂ ਸਿਆਸਤ ਵਿੱਚ ਸੀਗੇ। ਵਰਿੰਦਰ ਢਿੱਲੋ, ਜੇ ਤੁਸੀਂ ਮੈਂ ਕਹਿੰਦਾ ਠੀਕ ਆ, ਮੈਂ ਤੁਹਾਡੀ ਗੱਲ ਦੀ ਰਿਸਪੈਕਟ ਕਰਦਾ ਵਰਿੰਦਰ ਢਿੱਲੋ, ਇਹ ਗੱਲ ਤੁਸੀਂ ਕਹੀ ਹੈ ਕਿ ਮੀਡੀਆ ਨੂੰ ਵੀ ਇਸ ਤਰੀਕੇ ਬਾਰੇ ਸੋਚਣਾ ਚਾਹੀਦਾ, ਅਸੀਂ ਸੋਚਦੇ ਹਾਂ, ਤੁਹਾਡੀ ਗੱਲ ਮੰਨਦੇ ਹਾਂ ਵਰਿੰਦਰ ਢਿੱਲੋ, ਪਰ 1984 ਸਿੱਖ ਤਲਿਆ ਤੇ ਬਰਗਾੜੀ, ਦੋਨਾਂ ਦੀ ਤੁਲਨਾ ਕੀਤੀ ਜਾ ਸਕਦੀ ਹੈ? ਮੈਂ ਤੁਸੀਂ ਤੁਲਨਾ ਕਰਕੇ ਸਿਆਸਤ ਕਰੀ ਜਾਓ, ਸਿਆਸਤ ਕਰੋ, ਮੈਂ ਤਾਂ ਸਿਆਸਤ ਤੋਂ ਨਹੀਂ ਰੋਕਦਾ, ਮੈਂ ਤੁਹਾਨੂੰ ਸਿਆਸਤ ਤੋਂ ਨਹੀਂ ਰੋਕਦਾ। ਤੁਸੀਂ ਇਹ ਬਤੌਰ ਨੌਜਵਾਨ ਸਿੱਖ ਆਗੂ ਹੋਣ ਦੇ ਨਾਤੇ, ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਸਵਾਲ ਕਰ ਰਿਹਾ, ਕੀ ਤੁਲਨਾ ਕਰਨੀ ਚਾਹੀਦੀ ਹੈ? ਨਹੀਂ, ਪਹਿਲੀ ਗੱਲ, ਮੈਂ ਸਿੱਖ ਆਗੂ ਨਹੀਂ, ਮੈਂ ਕਾਂਗਰਸ ਵੱਲੋਂ ਇੱਥੇ ਬੈਠਾ ਵਾਂ, ਤੇ ਮੈਂ ਤੁਲਨਾ ਦੀ ਗੱਲ, ਤੁਹਾਡੀ ਗੱਲ ਸਹੀ ਹੈ, ਮੈਂ ਨਾ ਇਸ ਚੀਜ਼ ਨੂੰ, ਮੈਂ ਅੱਜ ਵੀ ਤੁਹਾਨੂੰ ਇਹ ਕਹਿੰਦਾ, ਸਿੱਖ ਕਿਲਿੰਗਸ ਜਿਹੜੀਆਂ ਹੋਈਆਂ ਗਲਤ ਹੋਈਆਂ, ਅੱਜ ਵੀ ਅਸੀਂ ਕਹਿੰਦੇ ਹਾਂ ਜੋ ਨਸਲ ਖੁਸ਼ੀ ਕਹਿ ਲਓ ਤੁਸੀਂ, ਜਿਹੜੀ ਮਰਜ਼ੀ ਜੈਨੋਸਾਈਡ ਹੋਇਆ,
माफी जे असि गलती होवांगे तां असि बिल्कुल मंगांगे माफी मंगदा साडा प्रधानमंत्री ने माफी मंगी राहुल गांधी ने माफी मंगी तुसी कोई माफी अज तक इक माफी ऑन द फ्लोर ऑफ द हाउस मंगी बिल्कुल नहीं अज भी राहुल गांधी इस चीज नु गल कर रहे हैं बिल्कुल गल कर रहे हैं तुसी अज भी कैप्टन अमरिंदर सिंह शरे कहता असि इस गल ते तारी साहब कोई पता नहीं अज तक बरगाड़ी तो माफी तारी साहब मैंने एक सवाल जवाब दो तुसी बरगाड़ी दी अज तक नहीं माफी मंगी ना कभी मंगोगे नहीं नहीं हुन तुसी एक एक मिनट खतरे फिर ढिलो तुसी हुन कदी माफी मंगी सी अखंड पाठ करवाया सी अखंड पाठ करके तीन दिन उत्थे जिहड़ा हैगा सी इह गल कही के दस साल दे विच जिहड़ियां भी भुल्लां चुक्कां गलती नहीं भुल्लां चुक्कां होईआं उहनां दी माफी मंगदे आ और अपना तीन दिन दा शर्मा दे नाल कीड़ियां भुल्लां चुक्कां लई माफी मंगी सारियां ही भारत रत्न सम्मान वापस लेना चाहिए ये सियासत दिल्ली तो शुरू हुई है मैं बार बार यह सवाल पूछ रहा यह सियासत दिल्ली तो शुरू हुई है आम आदमी पार्टी ने इस सियासत को जन्म दिता आम आदमी पार्टी इस डिबेट में नहीं आई शायद उन्होंने पता सीगा कि भारत रत्न के सम्मान के सवाल तो उन्होंने भी सवाल होंगे जरूर क्योंकि यह आइडिया दिल्ली तो चलिया तो इतने आके हुण उसनों वरत्या जा रहा है तो वापस आ रहे सवाल असं ये पूछ रहे हैं लुधियाना राजीव गांधी बोते कालक पोथन पिछे कि सियासत है प्रसम अजीत सिंह मैं एक सवाल छड़ के गया सीगा लास्ट सैगमेंट के कि आम आदमी पार्टी दे उत्थे विधानसभा दे विच मता पिया या नहीं पिया विवादित मता उस दे उत्ते सवाल बहुत सारे उठे है ये आइडिया अकाली दल ने उन्होंने तो लिता है पता नहीं मैनू एवं लगता कि देखो उन्होंने तो मूँह की खानी पई आइडिया जो उतों भी लिया हो लगता यह है कि हुण पहली बारी असल च अंडाइट होई आ कांग्रेस सज्जन नूं सजा मिलण तो बाद ते उहदे च जो जजमेंट आईआं उह पार्टियां ने जजमेंट क्यों नहीं लाई सारा तो सवाल यह आ उह ते एक लीगल प्रोसीजर सीगा उन्हां दा एक अपना लंबा 34 साल का लंबा समा और उस जजमेंट च ही कहता कि कांग्रेस उन्हां नूं बचाउंदी रही है इस करके अजे तक कांग्रेस का नाँ नहीं लिया उन्होंने कहा कि वड्डियां मेन पार्टियां दीआं पुश्त पनाई रही है इस करके कोई अगे केस चल नहीं सके हुण जदों ये सारी गल तो बाद हिम्मत अज पई है श्रोमणी अकाली दल नूं कि हुण उस सेंटीमेंट्स नूं किवें एक्सप्लाइट किया जाए आइडिया उत्थों लिया जे उत्थों भी लिया तो माड़ा लिया ये जिहड़ी राजनीति इस किस्म की आ बुत्तां नूं करना जां होर किसी भी किस्म की इहोजी ये मैनूं लगता बहुत ही बचगाना मतलब जिस तरह स्कूलों के बच्चे करते हैं उस लैवल का एक मैं नाल इत्थे जरूर होर गल करनी चाहुंदा ये 1991 दे विच राजीव गांधी नूं भारत रत्न मिलिया उदों बाद वाजपेयी की सरकार बनी जिहदे विच सुखबीर बादल जी मिनिस्टर सीगे इंडस्ट्री मिनिस्टर सीगे उदों इत्थे मुद्दा क्यों नहीं रख्या गया कि असीं इसका भारत रत्न वापस लेना आ ਹੁਣ ਜੋ ਭਾਰਤ ਰਤਨ ਜਾਂ ਰਾਜੀਵ ਗਾਂਧੀ ਨੂੰ ਡਿਫੇਮ ਕਰਨਾ ਮੈਂ ਤਾਂ ਇਹ ਸਵਾਲ ਕਰ ਰਿਹਾ ਹਾਂ ਮੈਂ ਤਾਂ ਇਹ ਸਵਾਲ ਕਰ ਰਿਹਾ ਹਾਂ ਇਹ ਆਈਡੀਆ ਦਿੱਲੀ ਤੋਂ ਆਇਆ ਨਹੀਂ 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 ਹੈਗਾ ਜੇ ਤੁਸੀਂ ਕਹਿ ਰਹੇ ਹੋ ਕਿ ਉਦੋਂ ਸੁਖਵੀਰ ਹਰਾ ਨੇ ਮੰਗ ਨਹੀਂ ਕੀਤੀ ਕਿ ਬਿਲਕੁਲ ਇਹਦਾ ਮਤਲਬ ਤਾਂ ਹੁਣ ਆਈਡੀਆ ਉੱਥੇ ਦਿੱਲੀ ਤੋਂ ਚੱਲਿਆ ਨਾ ਨਹੀਂ ਨਹੀਂ ਬਿਲਕੁਲ ਉੱਥੋਂ ਹੀ ਚੱਲ ਰਿਹਾ ਆ ਦਿੱਲੀ ਦੀ ਸਰਕਾਰ ਕਿਹਦੀ ਆਊਗੀ ਹੁਣ 2029 19 ਜਿਹੜੀਆਂ ਹੁਣ 19 ਦੀਆਂ ਇਲੈਕਸ਼ਨਾਂ ਆ ਉਹਦੇ ਉਹਨੂੰ ਮੱਦੇਨਜ਼ਰ ਰੱਖ ਕੇ ਸਾਰੀ ਸਿਆਸਤ ਹੋ ਰਹੀ ਆ ਇਸ ਕਰਕੇ ਮੈਂ ਕਹਿੰਦਾ ਜੇ ਸਿੰਸੀਅਰਲੀ ਇਹ ਕਰਨਾ ਸੀ ਜੇ ਦਰਦ ਸੀ ਜਿਹੜੀ ਪੀੜਾ ਸੀ ਜਿਹੜੇ ਧਾਰਨੀ ਸਾਹਿਬ ਕਹਿ ਰਹੇ ਆ ਤਾਂ ਹੁਣ ਵੀ ਹਰਸਿਮਰਤ ਬਾਦਲ ਜਿਹੜੀ ਇਸ ਮਿਨਿਸਟਰ ਆ ਉੱਥੇ ਕਿਉਂ ਨਹੀਂ ਰੈਜੋਲਿਊਸ਼ਨ ਕੈਬਨਿਟ ਦੇ ਵਿੱਚ ਰਖਾਇਆ ਜਾਂਦਾ 10 ਸਾਲ ਆਪਣੀ ਸਰਕਾਰ ਇੱਥੇ ਰਹੀ ਉਦੋਂ ਕਿਉਂ ਨਹੀਂ ਕੋਈ ਅਸੈਂਬਲੀ ਦੇ ਵਿੱਚ ਰੈਜੋਲਿਊਸ਼ਨ ਪਾਸ ਕਰਾ ਕੇ ਭੇਜਿਆ ਐਸ ਜੀ ਪੀ ਸੀ ਨੇ ਅਜੇ ਤੱਕ ਕਿਹੜਾ ਰੈਜੋਲਿਊਸ਼ਨ ਸੈਂਟਰ ਦੀ ਗੌਰਮੈਂਟ ਨੂੰ ਭੇਜਿਆ ਕਿ ਇਹ ਜਿਹੜਾ ਭਾਰਤ ਰਤਨ ਆ ਨਹੀਂ ਦੇਣਾ ਚਾਹੀਦਾ ਸੀ 27 ਸਾਲ ਹੋ ਗਏ ਉਹ ਭਾਰਤ ਰਤਨ ਮਿਲੇ ਨੂੰ ਆਪਾਂ ਤੇ ਕੁਛ ਨਹੀਂ ਕੀਤਾ ਇਹ ਸਵਾਲ ਤਾਂ ਹੈ ਪ੍ਰਸਮ ਜੀ ਸਿੰਘ ਬਹੁਤ ਵੈਲਿਡ ਪੁਆਇੰਟ ਚੱਕਿਆ ਤੁਸੀਂ ਡਟ ਲਓ ਹਾਂਜੀ ਇਹ ਭਾਰਤ ਰਤਨ ਸਨਮਾਨ ਵਾਪਸ ਲੈਣ ਦੀ ਮੰਗ ਹੈ ਜਿਹੜੀ ਹੋਣੀ ਕਿਉਂ ਉੱਠੀ ਮੈਂ ਇੱਕ ਸਵਾਲ ਪ੍ਰਸਮ ਮਨਜੀਤ ਹਰਾਂ ਨੂੰ ਵੀ ਕੀਤਾ ਸੀ ਤੁਹਾਨੂੰ ਵੀ ਕਰ ਰਿਹਾ ਇਹ ਆਈਡੀਆ ਦਿੱਲੀ ਤੋਂ ਫਲੋਟ ਹੋਇਆ ਇਹਨਾਂ ਨੂੰ ਨਹੀਂ ਸਮਝ ਆਈ ਸੀ ਵੀ ਇਸ ਆਈਡੀਆ 'ਤੇ ਵੀ ਗੱਲ ਕਰਨੀ ਬਣਦੀ ਹੈਗੀ ਆ ਭਾਰਤ ਦਾ ਸਨਮਾਨ ਵਾਪਸ 'ਤੇ ਵੀ ਸਿਆਸਤ ਹੋਣੀ ਚਾਹੀਦੀ ਹੈ ਦੇਖੋ ਇਹ ਬੜੀ ਮੰਦਭਾਗੀ ਗੱਲ ਆ ਕੋਈ ਬੰਦਾ ਮਰ ਗਿਆ ਉਸ ਤੋਂ ਬਾਅਦ ਤੁਸੀਂ ਉਸਦੇ ਕਬਰਾਂ ਨੂੰ ਖੋਦਦੇ ਹੋ
ਤੁਸੀਂ ਕਿਉਂ ਨਹੀਂ ਜਦੋਂ ਉਹ ਜਿੰਦਾ ਸੀ ਉਸ ਵੇਲੇ ਤੁਸੀਂ ਜਾ ਕੇ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਉਂਦੇ, ਕੋਰਟਾਂ ਦੇ ਦਰਵਾਜ਼ੇ ਖੜਕਾਉਂਦੇ ਔਰ ਉਸ ਨੂੰ ਕਟਹਿਰੇ 'ਚ ਖੜਾ ਕਰਦੇ, ਇਤਨਾ ਲਿਟਰੇਚਰ ਪੈਦਾ ਕਰ ਦਿੱਤੇ? ਤੋ ਯੂ ਲਰਨ ਫਰੋਮ ਦੀ ਜਿਊਸ, ਜਿਊਸ ਨੇ ਉਹਨਾਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਮਾਰਿਆ, ਜਿਹੜੀ ਗੱਲ ਤੁਸੀਂ ਕਹਿੰਦੇ ਢਿੱਲੋ, ਤੁਸੀਂ ਉਸ ਗੱਲ 'ਤੇ ਆਪ ਹੀ ਤੁਸੀਂ ਉਸ ਗੱਲ 'ਤੇ ਐਗਰੀ ਕਰੋਗੇ, ਜਦੋਂ ਇਹ ਵਿਰੋਧੀ ਪਾਰਟੀਆਂ ਜਾਂ ਅਕਾਲੀ ਦਲ ਕਹਿ ਲਓ ਜਾਂ ਕੋਈ ਹੋਰ ਪਾਰਟੀਆਂ ਜਾਂ ਜਥੇਬੰਦੀਆਂ ਕਹਿ ਲਓ, ਉਹ ਇਹ ਗੱਲ ਕਹਿੰਦੇ ਨੇ ਕਿ ਉਦੋਂ ਸਰਕਾਰਾਂ ਕਾਂਗਰਸ ਦੀਆਂ ਸੀ, ਅਸੀਂ ਕੀ ਕਰਦੇ? ਨਹੀਂ ਨਹੀਂ, ਸਰਕਾਰਾਂ ਕਾਂਗਰਸ ਦੀਆਂ ਸੀ, ਕਲਮ ਤਾਂ ਤੁਹਾਡੇ ਹੱਥ 'ਚ ਸੀ, ਕਾਗਜ਼ ਤਾਂ ਤੁਹਾਡੇ ਕੋਲ ਸੀ, ਦਿਮਾਗ ਤਾਂ ਤੁਹਾਡੇ ਕੋਲ ਸੀ, ਮਿਹਨਤ ਕਰਦੇ, ਬੈਠਦੇ, ਕਿਸੇ ਨੂੰ ਕਹਿੰਦੇ ਤੂੰ ਲਿਖ ਲਾ। ਮੈਂ ਤਾਂ ਉਸ ਵੇਲੇ ਵਾਈਟ ਪੇਪਰ ਲਿਖਿਆ, ਇਹਨਾਂ ਨੇ ਲਿਖਵਾਇਆ, ਔਰ ਮੈਂ ਆ ਦਾਅਵੇ ਨਾਲ ਕਹਿੰਦਾ ਇੱਕ ਪੈਸਾ ਨਹੀਂ ਮੈਂ ਇਹਨਾਂ ਤੋਂ ਲਿਆ, ਨਾਟ ਏ ਪੈਨੀ, ਔਰ ਲਿਖਾ ਕੇ ਲਿਆ ਟੌੜੇ ਤੋਂ। ਉਸ ਦੇ 'ਚ ਮੈਂ 60 ਪੇਜ ਲਿਖੇ ਹੋਏ ਆ, ਨਵੰਬਰ ਮੈਸੇਕਰ ਦੇ ਉੱਤੇ ਜੈਨੋਸਾਈਡ ਹੈ ਉਸ ਵੇਲੇ ਦੇ, ਅਸੀਂ ਕਹਿ ਰਹੇ ਹਾਂ ਜੈਨੋਸਾਈਡ ਇਹ 1991 ਦੇ ਵਿੱਚ, ਔਰ ਉਸ ਵੇਲੇ ਉਹਦੀ ਭਾਰਤ ਰਤਨ ਮਿਲਿਆ ਰਾਜੀਵ ਗਾਂਧੀ, ਉਸੇ ਵੇਲੇ ਮਿਲਿਆ। ਤੁਸੀਂ ਇਹ ਮੰਗ ਰੱਖੀ ਸੀ? ਨਹੀਂ, ਉਹ ਮੇਤੋ ਦਾ ਕਿਤਾਬ ਬਾਅਦ ਦੇ ਵਿੱਚ ਮਿਲਿਆ, ਉਹ ਛਪ ਚੁੱਕੀ ਸੀ, ਉਹ ਛਪ ਚੁੱਕੀ ਸੀ। ਔਰ ਹੁਣ ਮੈਂ ਇੱਕ ਗੱਲ ਇੱਥੇ ਬੜੀ ਇੰਪੋਰਟੈਂਟ ਕਹਿਣੀ ਚਾਹੁੰਦਾ, ਅਮਰਿੰਦਰ ਸਿੰਘ ਨੇ ਸ਼ਰੇਆਮ ਰਿਪੀਟਿਡਲੀ ਐਲੀਗੇਸ਼ਨਸ ਲਾਏ ਆ ਇਹਨਾਂ ਦੇ ਉੱਤੇ ਵੀ ਜਿਹੜੇ RSS ਦੇ ਬੰਦੇ ਆ ਉਹਨਾਂ 'ਤੇ ਕੇਸ ਰਜਿਸਟਰ ਆ, ਉਹਨਾਂ ਦੇ ਬਾਰੇ ਵੀ ਗੱਲ ਮੂੰਹ ਖੋਲੋ, ਕਿਉਂ ਮੂੰਹ ਬੰਦ ਕੀਤਾ ਉਹਨਾਂ ਬਾਰੇ? ਮੈਂ ਕਹਿੰਦਾ 48 ਕੇਸਿਸ ਆ ਜਿਹੜੇ ਰਜਿਸਟਰਡ ਆ ਦਿੱਲੀ ਦੇ ਵਿੱਚ। ਮੈਂ ਤਾਂ ਪਹਿਲਾਂ ਦਾ ਕਹਿੰਦਾ ਅਮਰਿੰਦਰ ਸਿੰਘ ਨੇ ਤਾਂ ਹੁਣ ਕਹੀ ਹੈ ਇਹ ਗੱਲ, ਠੀਕ ਹੈ, ਤਾਂ ਉਹਨਾਂ ਦੇ ਉਹਨਾਂ ਦਾ ਵੀ ਜਵਾਬ ਦਿਓ, ਤੁਹਾਡੇ ਭਾਈਵਾਲ ਆ, ਸਰਕਾਰ 'ਚ ਬੈਠੇ ਹੋ। ਦੋ ਸਵਾਲ ਆ ਤੁਹਾਡੇ ਕੋਲ ਅਮ੍ਰਿਤਸਰ ਨੇ, ਭਾਰਤ ਦਾ ਸਨਮਾਨ ਵਾਪਸ ਲੈਣ ਦੀ ਮੰਗ ਤੁਸੀਂ ਪਹਿਲਾਂ ਕਿਉਂ ਨਹੀਂ ਚੁੱਕੀ? ਦੂਜਾ ਸਵਾਲ ਇਹ ਹੈ, ਤੁਸੀਂ ਹੁਣ ਵੀ ਰੈਜ਼ੋਲੂਸ਼ਨ ਪਾ ਸਕਦੇ ਹੋ, ਪਵਾ ਸਕਦੇ ਹੋ, ਜੇ ਭਾਰਤ ਦਾ ਸਨਮਾਨ ਵਾਕਈ ਵਾਪਸ ਲੈਣਾ? ਤੀਜਾ ਸਵਾਲ ਇਹ ਹੈਗਾ ਕਿ ਜੇ RSS ਆਗੂਆਂ 'ਤੇ 48 ਕੇਸ ਹੈਗੇ ਆ, ਉਹਨਾਂ ਦੀ ਮੰਗ ਤੁਸੀਂ ਕਿਉਂ ਨਹੀਂ ਕਰਦੇ? 22 ਕੇਸ ਤਾਂ RSS 'ਤੇ ਕਹਿ ਰਿਹਾ ਅਮਰਿੰਦਰ ਸਿੰਘ, ਤੁਗਲਕ ਰੋਡ ਦੇ ਉੱਤੇ FIR ਦਰਜ ਹੋਈਆਂ। ਧਰਨੀ ਸਾਹਿਬ ਦੇਖੋ, ਜਿਹੜਾ ਪਹਿਲਾ ਕੁਐਸਚਨ ਹੈ ਉਹਦਾ ਜਵਾਬ ਇਹ ਹੈਗਾ ਜੀ ਕਿ ਇਹ ਜਿਹੜੇ ਸਰਕਮਸਟਾਂਸਿਸ ਜਿਹੜੇ ਬਣੇ, ਦੇਖੋ ਪਿਛਲੇ ਟਾਈਮ ਦੇ ਵਿੱਚ ਕਾਂਗਰਸ ਨੇ ਇਹਦੀ ਇਨਵੈਸਟੀਗੇਸ਼ਨ ਚੱਲਣੀ ਨਹੀਂ ਦਿੱਤੀ, ਬਹੁਤ ਸਾਰੇ ਸੱਚ ਆ ਜਿਹੜੇ ਬਾਹਰ ਆਉਣੇ ਹੀ ਨਹੀਂ ਦਿੱਤੇ। ਇਹ ਸ਼ੁਰੂ ਕਰਨ ਦਾ ਸਵਾਲ ਪਸੰਦ ਨਹੀਂ ਨਾ? ਦੇਖੋ ਨਹੀਂ ਨਹੀਂ ਬਿਲਕੁਲ, ਮੈਂ ਚਾਹੁੰਦਾ ਬਹੁਤ ਸੰਜੀਦਗੀ ਨਾਲ ਡਿਬੇਟ ਹੋਵੇ। ਤੁਸੀਂ ਮੈਨੂੰ ਜਵਾਬ ਦੇ ਨਹੀਂ ਦਿੰਦੇ। ਮੈਂ ਬੜਾ ਸਿੰਪਲ ਸਵਾਲ ਕੀਤਾ ਤੁਹਾਨੂੰ। ਦੇਖੋ ਮੈਂ ਤੁਹਾਨੂੰ ਬੜਾ ਸਿੰਪਲ ਸਵਾਲ ਕੀਤਾ, ਭਾਰਤ ਦਾ ਸਨਮਾਨ ਵਾਪਸ ਲੈਣ ਦੀ ਮੰਗ ਤੁਸੀਂ ਪਹਿਲਾਂ ਕਿਉਂ ਨਹੀਂ ਕੀਤੀ? ਮੈਂ ਉਹੀ ਗੱਲ ਕਰ ਰਿਹਾ ਨਾ, ਭਾਰਤ ਰਤਨ ਬਾਦਲ ਖੁਦ ਉੱਥੇ ਮੰਤਰੀ ਰਹੇ ਆ, ਕਿਉਂਕਿ ਇਹ ਸਰਕਮਸਟਾਂਸਿਸ ਬਣੇ ਹੀ ਹੋਣੇ ਜਦੋਂ ਦੀ ਟਾਈਟਲ ਦੀ ਸਟੇਟਮੈਂਟ ਹੋਈ ਹੈ। ਨਹੀਂ ਨਹੀਂ ਬਿਲਕੁਲ ਸੀ, ਜਦੋਂ ਦੀ ਟਾਈਟਲ ਆਈਡੀਆ ਆਮ ਆਦਮੀ ਪਾਰਟੀ ਦਿੱਤਾ, ਜਦੋਂ ਦੀ ਟਾਈਟਲਰ ਦੀ ਸਟੇਟਮੈਂਟ ਕਲੀਅਰ ਇਹ ਆਈ ਹੈ ਕਿ ਰਾਜੀਵ ਗਾਂਧੀ ਨੂੰ ਉਹ ਕਾਰ ਦੇ ਵਿੱਚ ਲੈ ਕੇ ਘੁੰਮਿਆ ਦਿੱਲੀ ਦੀਆਂ ਗਲੀਆਂ ਦੇ ਵਿੱਚ। ਤੁਸੀਂ ਉਸ ਸਟੇਟਮੈਂਟ ਦਾ ਇੰਤਜ਼ਾਰ ਕਰਦੇ ਪਏ ਸੀ ਦਾਦਾ? ਮੇਰੀ ਗੱਲ ਸੁਣੋ, ਤੁਸੀਂ ਉਸ ਸਟੇਟਮੈਂਟ ਦਾ ਇੰਤਜ਼ਾਰ ਕਰਦੇ ਪਏ ਸੀਗੇ? ਨਹੀਂ ਨਹੀਂ, ਤੁਸੀਂ ਪਹਿਲਾਂ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਬਹੁਤ ਸਾਰੀਆਂ ਗੱਲਾਂ ਦੀ ਅਗਵਾਈ ਚ ਹੋਇਆ, ਤੁਸੀਂ ਵਾਰ-ਵਾਰ ਬਹੁਤ ਸਾਰੀਆਂ ਗੱਲਾਂ, ਤੁਸੀਂ ਆਪਦੇ ਪੁਰਾਣੇ ਬਿਆਨ ਸਾਰੇ ਵਾਪਸ ਲੈਣੇ ਉਸ ਸਟੇਟਮੈਂਟ ਤੋਂ ਪਹਿਲਾਂ ਤੇ। ਦੇਖੋ 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 ਬਹੁਤ ਸਾਰੀਆਂ ਗੱਲਾਂ ਹੈ ਜਿਹੜੀਆਂ ਉਸ ਟਾਈਮ ਤੇ ਸਾਹਮਣੇ ਨਹੀਂ ਆਈਆਂ, ਜਿਹੜੀਆਂ ਹੁਣ ਹੌਲੀ-ਹੌਲੀ ਪਰਤਾਂ ਖੁੱਲ ਰਹੀਆਂ। ਠੀਕ ਹੈ, ਮੈਨੂੰ ਤੁਹਾਡੇ ਕੋਲ ਜਵਾਬ ਹੈ ਨਹੀਂ। 34 ਸਾਲ ਬਾਅਦ ਤੁਹਾਡੇ ਕੋਲ ਜਵਾਬ ਹੈ ਨਹੀਂ? ਬਿਲਕੁਲ ਨਹੀਂ ਹੈਗਾ। 34 ਸਾਲ ਬਾਅਦ ਇੱਕ ਕੋਰਟ ਆਰਡਰ ਕਰ ਰਹੀ ਹੈ, ਤੁਸੀਂ ਕਹੋ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। 34 ਸਾਲ ਪਹਿਲਾਂ ਜਿਹੜੀ ਹੈਗੀ ਆਰਡਰ ਕਰ ਦਿੰਦੀ, ਅਸੀਂ ਆਪਣੇ ਦਰਸ਼ਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ। ਦੇਖੋ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਬੜੀ ਨਿਮਰਤਾ ਦੇ ਨਾਲ ਧਾਰਨੀ ਜੀ ਗੱਲ ਕਰਨੀ ਚਾਹੁੰਦਾ, ਕੀ ਸ਼੍ਰੋਮਣੀ ਅਕਾਲੀ ਦਲ ਕਾਨੂੰਨੀ ਪਾਰਟੀ ਹੈ ਜਾਂ ਇਹ ਰਾਜਨੀਤਿਕ ਪਾਰਟੀ ਹੈ? ਜੇ ਰਾਜਨੀਤਿਕ ਪਾਰਟੀ ਹੈ ਜਿਹੜਾ ਸਾਰੇ ਦਿੱਲੀ ਦੇ ਬੱਚੇ ਨੂੰ ਸਾਰੀ ਦੁਨੀਆ ਨੂੰ ਪਤਾ ਆ ਕਿ ਉੱਥੇ ਕੀ ਹੋਇਆ, ਤੇ ਸਟੈਂਡ ਕਿਉਂ ਨਹੀਂ ਲਏ ਤੁਸੀਂ, ਇਹ ਜੱਜਮੈਂਟ ਨੂੰ ਕਿਉਂ ਵੇਟ ਕਰ ਰਹੇ ਸੀ? ਦੇਖੋ ਪਹਿਲੀ ਗੱਲ ਇਹ ਹੈਗੀ ਹੈ, ਆਪ ਹੀ ਢਿੱਲੋਂ ਸਾਹਿਬ ਮੰਨ ਰਿਹਾ ਕਿ ਸ਼੍ਰੋਮਣੀ ਕਮੇਟੀ ਨੇ ਹੀ ਇਹਨਾਂ ਤੋਂ ਜਿਹੜਾ ਵਾਈਟ ਪੇਪਰ ਛਪਵਾਇਆ, ਉਹ ਤੁਸੀਂ ਦਬਾ ਲਿਆ, ਠੀਕ ਹੈ, ਸਰਕੂਲੇਟ ਨਹੀਂ ਹੋਣ ਦਿੱਤਾ। ਦੇਖੋ ਸੁਣੋ, ਉਹ ਤੁਸੀਂ ਦਬਾਇਆ, 1991 ਦੇ ਵਿੱਚ ਪਬਲਿਸ਼ ਹੋਇਆ, ਪਬਲਿਸ਼ ਹੋਇਆ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਸੀ, ਮੈਨੂੰ ਲੱਗਦਾ ਕਿ ਤੁਸੀਂ ਢਿੱਲੋਂ ਸਾਹਿਬ ਆਪ ਇਸ ਗੱਲ ਨੂੰ ਮੰਨੋਗੇ ਕਿ ਬਹੁਤ ਸਾਰੀਆਂ ਗੱਲਾਂ ਉਦੋਂ ਵੀ ਉੱਭਰ ਕੇ ਬਾਹਰ ਨਹੀਂ ਸੀ ਨਿਕਲੀਆਂ। ਦੇਖੋ ਬਿਲਕੁਲ ਸਹੀ ਗੱਲ ਹੈ, ਭਾਰਤ ਦਾ ਸਨਮਾਨ ਦਾ ਤੁਸੀਂ ਮੁੱਦਾ ਚੁੱਕਿਆ ਧਾਰੇ ਸਾਹਿਬ, ਭਾਰਤ ਰਤਨ ਸਨਮਾਨ ਵਾਪਸ ਲੈਣ ਦਾ ਉਹਦੇ ਵਾਸਤੇ ਵੀ ਤੁਹਾਨੂੰ ਕੋਈ ਜਜਮੈਂਟ ਚਾਹੀਦੀ ਸੀ? ਨਹੀਂ ਨਹੀਂ, ਜਜਮੈਂਟ ਤੁਸੀਂ ਅੱਜ ਉੱਤੇ ਸਿਆਸਤ ਕਰ ਰਹੇ ਹੋ? ਨਹੀਂ, ਹੁਣ ਤਾਂ ਕੋਰਟ ਨੇ ਕਹਿਤਾ। ਅੱਛਾ ਤੁਸੀਂ ਇਹ ਦੱਸੋ, ਸਿਆਸਤਦਾਨਾਂ ਨੂੰ ਭਾਰਤ ਤੋਂ ਮਿਲਣਾ ਚਾਹੀਦਾ? ਕਿਹਨੂੰ? ਮੈਂ ਸਵਾਲ ਹੀ ਹੋਰ ਕਰ ਰਿਹਾ, ਦੇਖੋ ਸਿਆਸਤਦਾਨਾਂ ਨੂੰ ਭਾਰਤ ਤੋਂ ਮਿਲਣਾ ਚਾਹੀਦਾ? ਤੁਸੀਂ ਸਿਆਸਤਦਾਨਾਂ ਉਹਨਾਂ ਤੋਂ ਪੁੱਛੋ ਜਿਹੜੇ ਦੰਨੇ। ਨਹੀਂ, ਮੈਂ ਕਿਵੇਂ ਦੱਸ ਸਕਦਾ ਜਿਸ ਨੂੰ ਤੁਸੀਂ ਭਾਈਵਾਲ ਹੋ, ਜਿਸ ਦੇ ਨਾਂ ਤੇ ਤੁਸੀਂ ਹੁਣ ਸਿੱਕੇ ਚਲਾ ਰਹੇ ਹੋ, ਉਹ ਆਦਮੀ ਦਿੱਲੀ ਦੇ ਵਿੱਚ ਆਪਣੀ ਕੋਠੀ 'ਚ ਬੈਠਾ ਸ਼ਰਾਬ ਤੇ ਮੱਛੀਆਂ ਖਾ ਰਿਹਾ ਸੀ, 4 ਦਿਨ ਉਹਦੀ ਕੋਠੀ ਦੇ ਆਲੇ ਦੁਆਲੇ, ਉਹਦੀ ਕੋਠੀ ਦੇ
टैक्सी स्टैंड से जिते सिखा का कतलोगर्त भी उतों भी शुरू होया और वो आदमी बाहर नहीं निकलिया किस किस्म की कॉन्शियंस किस किस्म की मोरैलिटी किस किस्म के एथिक्स उस बंदे दे वाजपाई की मैं गल कर ठीक है वरिंदर ढिलो वरिंदर ढिलो भारत सम्मान सियासतदान मिलना चाहिए डिफर करता वा डिफरेंट क्वेश्चन है मैं ये वास्ते ना ही मेरे को अथॉरिटी है ना ही मैं आंसरेबिलिटी हैगी आ ये पॉलिटिकल फैसले आ पार्लियामेंट दे विच हुंदे आ सो आई डोंट मेरे हिसाब नाल पॉलिटिकल फैसले आ मेरे हिसाब नाल ये डिपेंड करता है कईयां दी अचीवमेंट भारत रत्न सम्मान भारत रत्न जो भारत रत्न बारे मैं पढ़िया है कोई इहदे अंदर हर्ज नहीं होना चाहिए मनजीत सिंह भारत रत्न बारे जो मैं पढ़िया है उस दे मुताबिक मैनू ये समझना बड़ा औखा होया पै कि एक पॉलिटिशियन नू भारत रत्न मिलना चाहिए कि नहीं मिलना चाहिए जे तुसीं मैनू समझा सको तो साडे दर्शक भी तुहाडा एक मिनट रुको प्लीज साडे दर्शक भी तुहाडा धन्नवाद करनगे जे तुसीं समझा सको तां पॉलिटिशियन अज वर्गे आ जो आ वो ते आपे मेरे रज्जी पुजी आपे मेरे बच्चे जीण फिर तू एक दूजे नूं अपने आप नूं देई जाणगे जो अज दी हालात आ अज दी हालात पुत्तां दा मूंह काला की करना लोकां ने लोक ते देखदे ही आ कि इहना पॉलिटिशियन नहीं नहीं राजीव गांधी ते सवाल उठे राजीव गांधी ते भारत ते वापस लेना चाहिए समाज दी सेवा करन दा ज़रिया है जे कोई वाकया ही करदा विनोबा भावे वर्गा वह भी राजनीति सीगी जां कोई पुराने बादल हरां तों फकरे कौम वापस लेना चाहिए मैं तो इस गल के हक च नहीं है जो हो गया जो उदो रौला पाते नहीं आता मतलब यह सियासत का कोई आधार नहीं जी यह सम्मान वापस लैन वाली हाँ जी कोई आधार नहीं है सियासत का फिर जी सियासत की जा रही सम्मान वापस लैन वाली इनका कोई आधार नहीं बिल्कुल नहीं है जब आप सारे डॉक्टर ढिलो यही सवाल तुम्हें करना चाहता वरिंदर ढिलो ने बड़ा साफ गोई नाल गल की है कि मैं इसलिए एलिजिबल नहीं समझ आते आपको रविंद्रनाथ टैगोर ने जो जल्लियांवाले बाग दे विच मैसेकर होया लोकां दा निर्दोष लोकां दा उसे वेले अपना टाइटल अपने तौर ते ही उसने वापस कर दिता जे किसी बंदे च मोरैलिटी है एथिक्स है इंसानियत है उसनू अपने आप ही अपने हुण राजीव गांधी तां है नहीं No, he is not there. मैं कहना राजीव गांधी की जिहड़ी वाइफ आ उस दे विच मेरा ख्याल क्रिश्चन वैल्यूज हैगियां उसने एक गल कही जदों कि उसकी जिहड़ी बच्ची आ जिहड़ी मारन वाली सी मैनूं नाम भुल गया साउथ इंडियन कुड़ी आ जिहड़ी जिहदी बच्ची आ नलिनी हाँ नलिनी नूं छड्ड देना चाहीदा ओ बहुत वड्डी गल आ पर अनफॉर्चुनेटली जिहड़ी इंडियन जुडिशरी आ उहदा उस वेले कठोर जिहड़ा दिल सी उसने उसनू जेल चों निकल नहीं दिता तो और हिंदुस्तान दे पॉलिटिशियंस ने नहीं निकल दिता मैं समझदा उस गल्लों मैं उस लेडी दी बहुत रिस्पैक्ट करदा कि उस दे विच कोई ह्यूमन वैल्यूज है मदरली इंस्टिंक्ट हैगे आ जिहड़े कि जिहदे विच इह हुंदा वी हर बच्चा जिहड़ा तुहाडा अपना ही आ चाहे वह बगाना चाहे वह तुहाडा अपना सन्मान वापस लैण दी मंग जायज है या नहीं देखो सन्मान ये हैगा सारा पोलिटिकल इशू इस वेले पहला जिहड़े सन्मान वापस लैण दी गल करदे ओ अपनी चादर देखण साफ है कि नहीं जे उन्हां दी चादरां लिबड़ियां वी आ तो दूसरे नूं किवें कह सकदे चलो एक होर छोटा जिहा ब्रेक लवांगे ब्रेक तो वापस आवांगे सवाल यह पुछा जाएगा कि बुत वाली सियासत ते कौन कौन माफ़ी मंगेगा तो माफ़ी मंगण लई सारे कह रहे आ पर माफ़ी मंगिया कौन क्योंकि जे बुत ते कालक पोती की आ उस दे पिछे कारण दस्से के आ जे बुत नूं दुध नाल तवाया गया तो उस पिछे भी कारण दस्से के आ माफ़ी की मंग सारे करदे पे हैगे आ माफ़ी कौन मंगिया ब्रेक तो वापस आ के सवाल टोण के चलो सवाल ये पुछ रहे वड्डा सवाल असीं पुछ रहे हैं लुधियाणा च राजीव गांधी के बुत ते कालक पोतन पिछे किहड़ी सियासत आ रसमनजीत सिंह पंचायती चोणां द्वार ते खड़ियां ते इस सब दे विचाले सियासत दा पद्धर इस कदर तक डिग चुक्या हैगा कि जिहड़ी सरसमति वाला मुहांदरा हैगा उसनू पासे कीता जा रहा हैगा एक दूजे ते इल्जाम भी लाए जा रहे हैं पंचायती चोणां तों पहलां ये कोई पोलीटिकल स्टंट तो नहीं है नहीं इहदा उहदे नाल कोई उन्ना नहीं है क्योंकि पंचायती चोणां ते मेरा ख्याल है कांग्रेस ने आलमोस्ट लोटी लईआं होईआं ते उह अज भी मतलब इत्थों तक कि हाई कोर्ट नूं इंटरवेंशन करनी पई बड़ी अफसोस वाली गल बड़ी बुरी तरीके नाल जिवें दाई बच्चे का गल घुट दे ये उहो जी हालात बन पई आ फिर इस बुत दा किहदे नाल कनैक्शन आ
ਇਹਦਾ ਕਨੈਕਸ਼ਨ 2019 ਨਾਲ ਹੈ, 2019 ਨਾਲ। ਹਾਂ ਬਿਲਕੁਲ, ਕਿ ਥੋੜ੍ਹੀ ਜਿਹੀ ਗਰਾਊਂਡ ਉਦੋਂ ਤੱਕ ਫੇਸ ਸੇਵਿੰਗ ਤੱਕ ਹੋਏ, ਔਰ ਇਹਦੇ 'ਚ ਬਿਲਕੁਲ ਹੀ ਇਹ ਤਾਂ ਨਹੀਂ ਕਿ ਰਾਜਨੀਤਿਕ ਪਾਰਟੀਆਂ ਦੇ ਬੰਦੇ ਹੋਣ ਅਤੇ ਉਹਨਾਂ ਦੀ ਰਾਜਨੀਤੀ 'ਤੇ ਕੋਈ ਉਹਦੀ 'ਚ ਪ੍ਰੇਰਿਤ ਨਾ ਜਾਂ ਕੋਈ ਇਸ਼ੂ ਨਾ ਹੋਵੇ, ਉਹ ਹੈਗਾ ਆ। ਪਰ ਮੈਨੂੰ ਲੱਗਦਾ ਕਿ ਧਾਰਨ ਜੀ ਬੈਠੇ ਆ, ਇਹ ਆਪ ਸ਼ਾਇਦ ਇੰਨੀ ਇਹਨਾਂ ਨੂੰ ਇਜਾਜ਼ਤ ਨਾ ਹੋਵੇ, ਪਰ ਪਾਰਟੀ ਨੂੰ ਇਹਦੇ ਨਾਲੋਂ ਆਪਣੇ ਨੂੰ ਪਿੱਛੇ ਕਰਨਾ ਚਾਹੀਦਾ, ਨਹੀਂ ਤਾਂ ਫਿਰ ਉਹੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜਾਂ ਹੋਰਨਾਂ ਦਾ ਨਾਂ ਉਹਨਾਂ ਨੂੰ ਜਿਹੜੇ ਮਿਲੇ ਆ ਉਹਨਾਂ ਦਾ ਕੀ ਬਣੂ, ਇਹ ਐਂਡਲੈਸ ਚਰਚਾ ਛਿੜ ਜੂਗੀ। ਮੇਰਾ ਖਿਆਲ ਹੈ ਕਿ ਇਹਨਾਂ ਨੂੰ ਇਸ ਗੱਲ ਦੀ ਕੰਡੈਮਨੇਸ਼ਨ ਵੀ ਕਰਨੀ ਚਾਹੀਦੀ ਹੈ। ਮੈਂ ਸਵਾਲ ਇੱਕ ਛੱਡ ਕੇ ਗਿਆ ਸੀਗਾ, ਜੇ ਬੁੱਤ ਦੇ ਪਿੱਛੇ ਸਿਆਸਤ ਹੋ ਰਹੀ ਹੈ, ਕਿਸੇ ਨੂੰ ਤਾਂ ਹੁਣ ਕਹਿਣਾ ਪਊਗਾ ਨਾ ਵੀ ਗਲਤੀ ਹੋਈ ਹੈ ਸਾਡੇ ਤੋਂ, ਤੁਸੀਂ ਮਾਫ਼ੀ ਮੰਗਣਾ ਚਾਹੁੰਦੇ ਹੋ? ਕਿਉਂਕਿ ਮੁੱਖ ਮੰਤਰੀ ਸਾਹਿਬ, ਇਹ ਗੱਲ ਕਹਿ ਰਹੇ ਆ, ਲੁਧਿਆਣਾ ਤੋਂ ਲੋਕਲ MP ਉਹ ਗੱਲ ਕਰ ਰਹੇ ਆ, ਉਹ ਕਹਿਣ ਉਹਨਾਂ ਦੀ, ਉਹਨਾਂ ਤਾਂ ਦੇਖੋ ਪਹਿਲਾਂ ਪੰਚਾਇਤ ਦੇ ਵਿੱਚ ਇੰਨਾ ਕੁਛ ਕਰਿਆ, ਉਹ ਤੇ ਪਹਿਲਾਂ ਪੁਰਾਣੀਆਂ ਇਲੈਕਸ਼ਨਾਂ ਦੇ ਵਿੱਚ ਇੰਨਾ ਕੁਛ ਕਰਿਆ, ਉਹਨਾਂ ਦੇ ਖਿਲਾਫ ਇੰਨਾ ਕੁਛ ਆ ਚੁੱਕਿਆ, ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਚਲੋ ਮੈਂ ਤੁਹਾਡੀ ਗੱਲ ਤੇ ਆ ਰਿਹਾ। ਤੁਸੀਂ ਕਹਿੰਦੇ ਮਾਫ਼ੀ ਅਸੀਂ ਕਿਉਂ ਮੰਗੀਏ, ਤੁਸੀਂ ਇਹੀ ਕਹਿ ਰਹੇ ਹੋ ਨਾ? ਤੁਸੀਂ ਹੁਣ ਉਹਨਾਂ ਤੇ ਕੋਈ ਕਾਰਵਾਈ ਕਰਨੀ ਇਸ ਬਾਰੇ ਮੈਨੂੰ ਗੱਲ ਕਰ ਰਹੇ ਹੋ? ਕਰੀਏ ਕੀ ਕਰਨਾ? ਦੇਖੋ ਨੈਤਿਕਤਾ ਮਰ ਗਈ ਹੈ, ਨੈਤਿਕਤਾ ਖਤਮ ਹੋ ਗਈ ਹੈ। ਕਾਦੀ ਨੈਤਿਕਤਾ ਜੀ? ਨੈਤਿਕਤਾ ਉੱਥੇ ਮਰੀ ਸੀ ਜਦੋਂ 1984 ਦੇ ਵਿੱਚ ਗਲਾਂ ਦੇ ਵਿੱਚ ਟਾਇਰ ਪਾਪਾ ਫੂਕੇ ਸੀ, ਉਦੋਂ ਨੈਤਿਕਤਾ ਸੜੀ ਸੀ। ਅੱਜ ਸਰਦਾਰ ਢਿੱਲੋਂ ਸਾਹਿਬ ਬੈਠੇ ਆ ਆਪਣੇ ਕਾਂਗਰਸ ਦੇ ਬੁਲਾਰੇ, ਇਹ ਕਹਿੰਦੇ ਮੈਂ ਸਿੱਖ ਹੋਣ ਦੇ ਨਾਤੇ ਨਹੀਂ ਬੋਲ ਰਿਹਾ, ਮੈਂ ਕਾਂਗਰਸੀ ਹੋਣ ਦੇ ਨਾਤੇ ਬੋਲ ਰਿਹਾ। ਮੈਂ ਇਹਨਾਂ ਨੂੰ ਯਾਦ ਕਰਾਉਂਦਾ ਜਦੋਂ ਇਹਨਾਂ ਦੇ ਮਾਂ ਬਾਪ ਨੇ 9 ਸਿੰਘ ਰੱਖਿਆ ਸੀ ਔਰ ਪੱਗ ਰਖਾਈ ਸੀ। ਇਸ ਕਰਕੇ ਮੈਂ ਐਜ਼ ਏ ਸਿੱਖ ਮੈਂ ਬਿਲਕੁਲ ਕਹਿਣਾ ਕਿ ਲੋਕਾਂ ਦੀਆਂ ਜਿਹੜੀਆਂ, ਦੇਖੋ ਇੱਕ ਮਿੰਟ, ਜਿਹੜੀਆਂ ਲੋਕਾਂ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜਿਹੜੀਆਂ ਹੈਗੀਆਂ ਔਰ ਲੋਕਾਂ ਦੀ ਨਸਲ ਕੁਸ਼ੀ ਕੀਤੀ ਗਈ, ਜੈਨੋਸਾਈਡ ਕੀਤਾ ਗਿਆ, ਉਸ ਦਾ ਸਦਕਾ ਜਿਹੜਾ ਲੋਕਾਂ ਦੇ ਆਪਣਾ ਅੰਦਰ ਜਿਹੜਾ ਰੋਹ ਹੈਗਾ ਉਹ ਬਿਲਕੁਲ ਨਿਕਲ ਰਿਹਾ ਸੀ। ਤੁਹਾਡੀ ਤੁਹਾਡੀ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੈਗਾ, ਜੈਨੋਸਾਈਡ ਜਿਹੜਾ ਹੋਇਆ ਉਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੈਗਾ। ਪਰ ਸਵਾਲ ਇਹ ਹੈਗਾ ਕਿ ਇਹੋ ਜਿਹੀ ਸਿਆਸਤ ਪੰਜਾਬ ਦੇ ਮਾਹੌਲ ਨੂੰ ਚੰਗਾ ਰੱਖ ਸਕੇਗੀ? ਅਸੀਂ ਕੋਈ ਗੱਲ ਹੀ ਨਹੀਂ ਕਰੀ ਜਦੋਂ ਅਸੀਂ ਕਦੋਂ ਕਿਹਾ ਕਿ ਅਕਾਲੀ ਦਲ ਤੁਹਾਡੀ ਪਾਰਟੀ ਦੇ ਮੈਂਬਰ ਨਹੀਂ ਹੈਗੇ? ਅਸੀਂ ਕਦੋਂ ਕਿਹਾ ਅਕਾਲੀ ਦਲ ਪਾਰਟੀ ਜੋ ਕੱਢਦੇ ਤੁਸੀਂ? ਮੈਂ ਕਹਿੰਦਾ ਪਾਰਟੀ ਦੇ ਪ੍ਰੋਗਰਾਮ, ਦੇਖੋ ਇੱਥੇ ਢਿੱਲੋਂ ਸਾਹਿਬ ਦੀ ਪਰਸਨਲ ਕਪੈਸਿਟੀ ਹੋਰ ਹੈਗੀ ਹੈ, ਪੋਲੀਟੀਕਲ ਕਪੈਸਿਟੀ ਹੋਰ ਹੈਗੀ ਹੈ, ਤੁਸੀਂ ਕਿਵੇਂ ਕਿਸੇ ਨਾਲ ਜੋੜ ਲਓਗੇ ਇਹਨਾਂ ਦੀ? ਜੇ ਇੱਥੇ ਜਾਂਦੇ ਜਾਂਦੇ ਸੜਕ ਦੇ ਵਿੱਚ ਕਿਸੇ ਨਾਲ ਲੜ ਪੈਂਦੇ ਤੁਸੀਂ ਕਹੋਗੇ ਵੀ ਕਾਂਗਰਸ ਹੀ ਲੜ ਪਿਆ? ਇਹ ਨਹੀਂ ਤੁਸੀਂ ਕਹਿ ਸਕਦੇ। ਦੇਖੋ ਜੇ ਅਕਾਲੀ ਦਲ ਦੇ ਕਿਸੇ ਬੰਦੇ ਨੇ ਕਰਿਆ ਹੈਗਾ, ਉਹਨੇ ਆਪਣੀ ਪਰਸਨਲ ਕਪੈਸਿਟੀ ਦੇ ਵਿੱਚ ਕਰਿਆ। ਇਹੀ ਗੱਲ ਦਾ ਜਵਾਬ ਮੈਂ ਉਦੋਂ ਦਿੰਦਾ ਜਦੋਂ ਸਰਦਾਰ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਹਿ ਰਹੇ ਸੀ ਕਿ ਕਾਂਗਰਸ ਦਾ ਕੋਈ ਰੋਲ ਨਹੀਂ ਹੈਗਾ, ਇਹ ਤਾਂ ਕੁਛ ਕਾਂਗਰਸੀ ਬੰਦੇ ਕਰ ਰਹੇ ਆ, ਉਹ ਕਹਿ ਰਹੇ ਸੀ ਨਾ। ਚਲੋ ਤੁਸੀਂ ਇਹ ਕਹਿ ਦਿਓ, ਕੁਝ ਅਕਾਲੀ ਬੰਦੇ ਕਰ ਰਹੇ ਆ? ਨਹੀਂ ਬਿਲਕੁਲ ਨਹੀਂ, ਮੈਂ ਕਹਿੰਦਾ ਹੈਗਾ, ਮੈਂ ਕਹਿੰਦਾ ਦੋ ਸਿੱਖ ਨੌਜਵਾਨਾਂ ਨੇ ਜਿਹੜੀ ਕਾਰਵਾਈ ਕੀਤੀ ਹੈਗੀ ਆ, ਠੀਕ ਹੈ ਜੀ, ਧਾਰਨੀ ਜੀ ਯੂਜ਼ ਕਰ ਕੇ ਪੱਗਾਂ ਸੀ ਉਹਨਾਂ ਦੇ, ਪੱਗਾਂ ਹੈਗੀਆਂ, ਪੱਗਾਂ ਬੰਨੀਆਂ ਵੀ ਸੀ, ਬਦਨਾਮ ਨਾ ਕਰੋ, ਨਾ ਪੱਗਾਂ ਬੰਨੀਆਂ ਵੀ ਸੀ ਧਾਰਨੀ ਜੀ, ਸਿੱਖੀ ਨੂੰ ਬਦਨਾਮ, ਠੀਕ ਹੈ ਤੁਹਾਡੀ ਗੱਲ, ਸਿੱਖੀ ਉਦਾਂ ਜਦੋਂ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਰੁਲੀ ਉਦੋਂ ਸਿੱਖੀ ਨਹੀਂ ਯਾਦ ਆਈ ਤੁਹਾਨੂੰ ਕਾਂਗਰਸ ਨੂੰ? ਜਦੋਂ ਟਾਇਰ ਪਾਏ ਉਹਨਾਂ ਦੇ ਗਲਾਂ ਦੇ ਧਾਰਨੀ ਜੀ, ਧਾਰਨੀ ਜੀ, ਧਾਰਨੀ ਜੀ, ਇੱਕ ਨਿੱਕਾ ਜਿਹਾ ਸਵਾਲ ਬਹੁਤ ਜ਼ਰੂਰੀ, ਮੇਰੇ ਦਿਲ ਨੂੰ ਵੀ ਦੁੱਖ ਹੋ ਰਿਹਾ ਕਿ ਅਸੀਂ ਇਸ ਕਿਸਮ ਦੀ ਰਾਜਨੀਤੀ ਜਿਹੜੇ ਮੂੰਹ ਕਾਲੇ ਕਰਨੇ ਜਾਂ ਬੁੱਤ ਤੋੜਨੇ ਆ ਇਹਨੂੰ ਕੰਡੈਮ ਕਰਦੇ ਆ? ਛੱਡ ਦਿਓ ਅੱਜ ਦੀ ਗੱਲ, ਤੁਸੀਂ ਕਿਉਂ ਕਹਿ ਰਹੇ ਆ? ਮੈਂ ਇਸ ਕਰਕੇ ਕਹਿ ਰਿਹਾ ਕਿ ਇਹਨੂੰ ਛੱਡ ਦਿਓ, ਇਸ ਇਸ਼ੂ ਨੂੰ ਛੱਡ ਦਿਓ, ਤੁਹਾਡੀ ਪਾਰਟੀ ਇਸ ਪੋਲਿਟਿਕਸ ਨੂੰ ਜਿਹੜੇ ਮੂੰਹ ਕਾਲੇ ਕਰਨੇ ਜਾਂ ਬੁੱਤ ਤੋੜਨੇ ਉਹਨੂੰ ਕੰਡੈਮ ਕਰਦੀ ਆ? ਮੈਂ ਕਹਿੰਦਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕੰਡੈਮ ਕਰ ਰਹੇ ਇਸ ਗੱਲ ਨੂੰ, ਮੈਂ ਤਾਰੇ ਸਾਹਿਬ ਤੁਹਾਡੀ ਜਿਹੜੀ ਜਿਹੜਾ ਹੈਗਾ ਬਣਾ ਰਿਹਾ, ਮੇਰਾ ਨਹੀਂ, ਬੜਾ ਸਿੰਪਲ ਤਾਰੇ ਸਾਹਿਬ, ਮੈਂ ਤਾਂ ਤੁਹਾਡੇ ਸਿੰਪਲ ਸਵਾਲ ਕਰ ਰਿਹਾ ਤਾਰੇ ਸਾਹਿਬ, ਤੁਸੀਂ ਪੰਥ ਅਤੈਸ਼ੀ ਕਹਿੰਦੇ ਹੋ ਆਪ ਨੂੰ, ਸਿੱਖ ਅਤੈਸ਼ੀ ਕਹਿੰਦੇ ਹੋ ਨਾ, ਹਾਂਜੀ, ਤੇ ਜਿਹੜਾ ਸਿੱਖੀ ਦਾ ਸਿਧਾਂਤ ਹੈਗਾ ਉਹਦੇ ਵਿੱਚ ਤਾਂ ਬੁੱਤ ਮੂਰਤੀ ਪੂਜਾ ਤੋਂ ਤਾਂ ਬਹੁਤ ਦੂਰ ਹੈ, ਤੇ ਉਹਦੇ ਕਾਰਨ ਹੀ ਕੰਡੈਮ ਕਰ ਲਓ ਕਿ ਨਹੀਂ? ਦੇਖੋ ਜੇ ਤੁਸੀਂ ਧਰਮ ਦੀ ਸਿਆਸਤ ਕਰਨੀ ਹੈ, ਧਾਰਨੀ ਸਾਹਿਬ, ਧਰਮ ਦੀ ਸਿਆਸਤ ਕਰਨੀ ਹੈ ਫਿਰ ਨੈਤਿਕਤਾ ਨਾਲ ਕਰੋ ਨਾ। ਬਿਲਕੁਲ ਇਹ ਗਲਤ ਗੱਲ ਹੈਗੀ ਹੈ ਕੇਪੀ ਜੀ, ਇਹ ਬੰਦੇ ਨੇ ਆਪਣੀਆਂ ਭਾਵਨਾਵਾਂ ਪ੍ਰਗਟ ਕਰੀਆਂ ਜਿਸ ਨੇ ਵੀ ਕਰੀਆਂ, ਔਰ ਦੂਜਾ ਬੰਦਾ ਵੀ ਪ੍ਰਗਟ ਕਰ ਰਿਹਾ ਕਿ ਮੈਂ ਜੀ ਟਕਸਾਲੀ ਕਾਂਗਰਸੀ ਹੈਗਾ, ਮੈਂ ਆਪਣੀ ਪੱਗ ਲਾ ਕੇ ਉਹਦੇ ਨਾਲ ਦੁੱਧ ਦੇ ਨਾਲ, ਤੁਹਾਨੂੰ ਚੰਗਾ ਲੱਗਿਆ, ਤੁਹਾਨੂੰ ਚੰਗਾ ਲੱਗਿਆ, ਇੱਕ ਸਿੱਖ ਦੀ ਪੱਗ ਅੱਗੇ ਦਾ ਕੋਈ ਮਤਲਬ ਨਹੀਂ, ਉਹਨੂੰ ਛੱਡ ਦਿਓ ਕਾਂਗਰਸੀ ਕਾਲੀ, ਛੱਡ ਦਿਓ ਕਾਂਗਰਸੀ ਕਾਲੀ, ਛੱਡ ਦਿਓ ਕਾਂਗਰਸੀ ਕਾਲੀ, ਚੰਗਾ ਲੱਗਿਆ ਪੱਗ ਲਾ ਕੇ ਬੁੱਤ ਸਾਫ ਕਰਦਾ ਪਿਆ, ਚੰਗਾ ਲੱਗਿਆ। ਬਰਿੰਦਰ ਢਿੱਲੋਂ ਜੀ, ਮੇਰੀ ਨਾ ਇੱਕ ਗੱਲ ਆ, ਜਿਵੇਂ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ, ਉਹ ਗੱਲ ਕਲੀਅਰ ਕਰਨੀ ਜ਼ਰੂਰੀ। ਇਹਨਾਂ ਨੇ ਉਦੋਂ ਜਦੋਂ ਕਹਿੰਦੇ ਵੀ ਸਿੱਖ ਆਗੂ ਵਾਲੀ, ਮੈਂ ਇਹ ਕਿਹਾ ਸੀ ਐਡਾ ਵੱਡਾ ਪਦਵੀ, ਐਡਾ ਵੱਡਾ, ਉਹ ਗੱਲ ਨਾ ਕਰੋ ਸਿੱਖ ਆਗੂ ਦੀ, ਸਿੱਖਾਂ ਦੀ ਜਿਹੜੀ ਨੁਮਾਇੰਦਗੀ ਕਰਦੀ ਇੱਕ ਸ਼੍ਰੋਮਣੀ ਅਕਾਲੀ ਦਲ ਸੀ,
ਅੱਜ ਸਾਰੇ ਇਸ ਗੱਲ ਨੂੰ ਮੰਨ ਚੁੱਕੇ ਆ ਵੀ ਇਹਨਾਂ ਦੋ ਇੱਕ ਨੈਤਿਕ ਅਧਿਕਾਰ ਜਿਹੜਾ ਸਿੱਖਾਂ ਦਾ ਸੀਗਾ ਜਿਹੜੇ ਠੇਕੇਦਾਰ ਬਣੇ ਫਿਰਦੇ ਸੀ ਇਹੋ ਜਿਹੇ ਇਹਨਾਂ ਦੇ ਮੂੰਹ ਬੇਨਕਾਬ ਹੋਏ ਅਜੇ ਉਹ ਹੀ ਆਪਣੀ ਰਾਜਨੀਤੀ ਨੂੰ ਕੁਛ ਜਿੰਨ ਤਿੰਨ ਕਦੀ ਹਰਿਮੰਦਰ ਸਾਹਿਬ ਮਾਫੀਆਂ ਮੰਗਦੇ ਆ ਕਦੀ ਆਪਣਾ ਜਾ ਕੇ ਬੂਟ ਪਾਲਿਸ਼ ਕਰਦੇ ਆ ਕਦੀ ਭਾਂਡੇ ਮਾਂਜਦੇ ਆ ਕਦੀ ਹੁਣ ਬੁੱਤ ਕਾਲੇ ਕਰਾਉਣ ਲੱਗ ਪਏ ਆ ਇਹਨਾਂ ਨੂੰ ਇਹ ਸਮਝ ਜਿੱਦਣ ਤੱਕ ਆਜੂਗੀ ਤੁਹਾਡੀ ਪਾਰਟੀ ਦੇ ਆਪਦੇ ਇੰਟਰਨਲ ਮਸਲੇ ਆ ਮੇਰੀ ਇੱਕ ਮਿੰਟ ਗੱਲ ਮੇਰਾ ਇੰਟਰਨਲ ਮਸਲੇ ਆ ਲੇਕਿਨ ਮੈਂ ਕੋਈ ਇਹਨਾਂ ਦੀ ਪਾਰਟੀ ਨੂੰ ਐਡਵਾਈਜ਼ ਕਰਨ ਵਾਲਾ ਵੀ ਕੋਈ ਆਦਮੀ ਨਹੀਂ ਲੇਕਿਨ ਇਹਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਸੁਖਬੀਰ ਬਾਦਲ ਦੀ ਬੈਂਕਰਪਸੀ ਆਫ ਆਈਡੀਆਜ਼ ਰਿਗਾਰਡਿੰਗ ਸਿੱਖ ਪੋਲੀਟਿਕਸ ਜਿਹੜੀ ਆ ਨਾ ਉਹ ਇਹਨਾਂ ਨੂੰ ਲੈ ਡੁੱਬੂਗੀ ਔਰ ਅੱਜ ਵੀ ਤੁਸੀਂ ਵੇਖੋ ਸੁਖਬੀਰ ਬਾਦਲ ਉਹ ਤੇ ਜਸਟਿਸ ਕਹਿੰਦਾ ਅਮਰਿੰਦਰ ਸਿੰਘ ਮਾਫੀ ਮੰਗੇ ਇਹ ਇੱਕ ਸਿੱਖ ਕੌਮ ਜਿਹੜੀ ਸੀ ਇਹਦੀ ਨੁਮਾਇੰਦਗੀ ਸੁਖਬੀਰ ਸਿੰਘ ਬਾਦਲ ਨਾ ਅੱਜ ਕਰ ਸਕਦਾ ਨਾ ਕੱਲ ਕਰ ਸਕਦਾ ਨਾ ਕਦੀ ਕਰੂਗਾ ਮੇਰੀ ਸਿਰਫ ਇੰਨੀ ਬੇਨਤੀ ਆ ਠੀਕ ਹੈ ਤੁਹਾਡਾ ਪੁਆਇੰਟ ਆ ਗਿਆ ਅਮਰਜੀਤ ਧਾਰਨੀ ਹਰਾਂ ਨੇ ਗੱਲ ਕਹੀ ਆ ਕਿ ਅਸੀਂ ਇਸ ਨੂੰ ਔਨ ਨਹੀਂ ਕਰ ਦੇਗੇ ਉਹ ਦੋ ਸਿੱਖ ਨੌਜਵਾਨ ਸੀ ਉਹਨਾਂ ਨੇ ਗੁੱਸੇ 'ਚ ਆ ਕੇ ਕਰਤਾ ਹੈਗਾ ਇਹੋ ਜਿਹੀ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਪੰਜਾਬ ਤੁਸੀਂ ਇਹ ਗੱਲ ਕਹਿ ਰਹੇ ਬਿਲਕੁਲ ਬਿਲਕੁਲ ਪਰ ਜਿਹੜੇ ਹੁਣ ਤੁਹਾਡੇ ਬੰਦੇ ਆ ਉੱਥੇ ਸੁਖਬੀਰ ਦੇ ਪੋਸਟਰਾਂ 'ਤੇ ਉਹਨਾਂ ਨੇ ਕਾਲਖ ਲਾਈ ਹੈ ਤੁਸੀਂ ਉਹਨਾਂ 'ਤੇ ਮਾਫੀ ਮੰਗੋਗੇ ਜਾਂ ਉਹਨੂੰ ਕੰਡੈਮ ਕਰੋਗੇ ਮੈਂ ਤੁਹਾਨੂੰ ਨਾ ਦੇਖੋ ਇੱਕ ਪਾਰਟੀ ਦੀ ਗੱਲ ਹੁੰਦੀ ਆ ਇੱਕ ਪਾਰਟੀ ਮੈਂ ਤਾਂ ਇਹ ਵੀ ਕਹਿੰਦਾ ਸਾਡੇ ਜਾਖੜ ਸਾਹਿਬ ਹੋਣ ਅਮਰਿੰਦਰ ਸਿੰਘ ਹੋਣ ਕਦੀ ਵੀ ਕੋਈ ਇਸ ਚੀਜ਼ ਨੂੰ ਅਲਾਓ ਨਹੀਂ ਕਰੇਗਾ ਔਰ ਜਿਹੜੇ ਤੁਸੀਂ ਮੈਂ ਦਿਖਾ ਰਹੇ ਸੀ ਨਾ ਫੋਟੋਆਂ ਕਿਹਨਾਂ ਨੇ ਲਾਈਆਂ ਮੈਂ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਕਿਹਨਾਂ ਨੇ ਲਾਈਆਂ ਗਲਤ ਹੈ ਇਹਦੇ ਅੰਦਰ ਕੋਈ ਦੋ ਰਾਏ ਨਹੀਂ ਆ ਅਸੀਂ ਯਾਨੀ ਕਿ ਇਹੋ ਜਿਹੀ ਸਿਆਸਤ ਦਾ ਪੰਜਾਬ ਵਿੱਚ ਕੋਈ ਸਥਾਨ ਨਹੀਂ ਹੈਗਾ ਦੇਖੋ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਮੈਨੂੰ ਹੁਣ ਯਾਦ ਆਉਂਦਾ ਪਿੱਛੇ ਜੇ ਇੱਕ ਵਾਰ ਨਰਿੰਦਰ ਮੋਦੀ ਦੇ ਮੂੰਹ 'ਤੇ ਵੀ ਕਿਸੇ ਨੇ ਕਲਖ ਫੋਕੀ ਸੀਗੀ ਠੀਕ ਆ ਉਦੋਂ ਵੀ ਸਾਡੇ ਆਰਗਨਾਈਜੇਸ਼ਨ ਵੱਲੋਂ ਉਹਨੂੰ ਕੰਡੈਮ ਕੀਤਾ ਗਿਆ ਸੀਗਾ ਔਰ ਉਸ ਚੀਜ਼ ਨੂੰ ਇਹ ਕਿਹਾ ਗਿਆ ਸੀਗਾ ਵੀ ਇਹ ਚੀਜ਼ਾਂ ਨੂੰ ਆਪਾਂ ਬੰਦ ਕਰੀਏ ਮੇਰੀ ਸਿਰਫ ਇੰਨੀ ਕੁ ਬੇਨਤੀ ਆ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਬੜੀ ਵਧੀਆ ਗੱਲ ਕਹੀ ਅਕਰੋਸ ਪਾਰਟੀ ਲਾਈਨਸ ਉੱਪਰ ਉੱਠ ਕੇ ਅਗਰ ਆਪਾਂ ਸਮਾਜ ਨੂੰ ਸੁਧਾਰਨਾ ਰਾਜਨੀਤੀ ਨੂੰ ਸੁਧਾਰਨਾ ਤੇ ਮੈਨੂੰ ਸਮਝਣਾ ਧਾਰਨੀ ਸਾਹਿਬ ਨੂੰ ਕੋਈ ਵੱਡੀ ਗੱਲ ਨਹੀਂ ਆ ਅਗਰ ਮੰਨ ਲੈਣ ਮੰਨਣਾ ਵੀ ਚਾਹੁੰਦੇ ਅੰਦਰੋਂ ਲੇਕਿਨ ਪਤਾ ਨਹੀਂ ਮਜਬੂਰੀ ਕਿਹਦੀ ਆ ਵੀ ਜਿਹੜੀ ਉਹਨੂੰ ਇਹ ਨਹੀਂ ਕਹਿ ਪਾ ਰਹੇ ਵੀ ਹਾਂ ਇਹ ਗਲਤ ਹੋਇਆ ਇਹਨੂੰ ਅਸੀਂ ਕੰਡੈਮ ਕਰਦੇ ਹਾਂ ਔਰ ਉਹ ਮੁੰਡਿਆਂ ਨੂੰ ਨੌਜਵਾਨਾਂ ਨੂੰ ਬਹਿ ਕੇ ਸਮਝਾ ਦਾਂਗੇ ਵੀ ਅਗਰ ਤੁਸੀਂ ਸਿੱਖਾਂ ਦੀ ਰਾਜਨੀਤੀ ਕਰਨੀ ਉਹਨੂੰ ਕਿਸੇ ਹੋਰ ਤਰੀਕੇ ਨਾਲ ਕਰ ਲਓ ਲੇਕਿਨ ਆਹ ਜਿਹੜੀ 2 ਮਿੰਟ ਦਾ ਫੇਮ ਲੈਣਾ ਔਰ ਟੀਵੀ 'ਤੇ ਆਉਣਾ ਔਰ ਸੜਕ ਛਾਪ ਰਾਜਨੀਤੀ ਕਰਨੀ ਨਾ ਇਹ ਅਕਾਲੀ ਦਲ ਦਾ ਇੱਕ ਆਈਡੀਆ ਬਣ ਚੁੱਕਾ ਇਹਨਾਂ ਦੀ ਬੇਸਿਕ ਆਈਡੀਓਲੋਜੀ ਇਹ ਬਣ ਚੁੱਕੀ ਹੈ ਇਸ ਤੋਂ ਇਲਾਵਾ ਕੁਛ ਨਹੀਂ ਇੱਕ ਮਿੰਟ ਪਲੀਜ਼ ਤੁਹਾਡੀ ਪਾਰਟੀ ਦੇ ਬੰਦੇ ਆ ਤੁਸੀਂ ਕਿਉਂ ਨਹੀਂ ਕਹਿ ਸਕਦੇ ਅਸੀਂ ਕਿਵੇਂ ਕਹਿ ਸਕਦੇ ਇੱਕ ਮਿੰਟ ਨਹੀਂ ਧਾਰਨੀ ਸਾਹਿਬ ਬਹੁਤ ਐਕਟਿਵ ਤੁਹਾਡਾ ਕਾਰਕੁਨ ਨਾ ਇਸ ਗੱਲ ਤੁਸੀਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਬਹੁਤ ਸਟੋਰੀਆਂ ਚਲਾਈਆਂ ਉਹਨਾਂ ਦੀਆਂ ਡਟ ਲਓ ਇਹ ਕਾਲਖ ਵਾਲਾ ਫਿਰ ਸਿਆਸੀ ਕਲੇਸ਼ ਪਿਆ ਕਿਉਂ ਇਸ ਦੇ ਪਿੱਛੇ ਹੈ ਕੀ ਹੈ ਦੇਖੋ ਇਸ ਦੇ ਪਿੱਛੇ ਕੋਈ ਕਨਸਪੀਰੇਸੀ ਹੋਏਗੀ ਕੋਈ ਡਾਇਰੈਕਸ਼ਨ ਹੋਏਗੀ ਕਿਸੇ ਪਾਸਿਓਂ ਵੀ ਤੁਸੀਂ ਇਹ ਕਰਦੇ ਹੋ ਉਹ ਉਸ ਡਾਇਰੈਕਸ਼ਨ ਦੇ ਉੱਤੇ ਹੀ ਉਹਨਾਂ ਨੇ ਇਸ ਕਿਸਮ ਦਾ ਕਦਮ ਚੁੱਕਿਆ ਹੋਣਾ ਅਦਰਵਾਈਜ਼ ਤਾਂ ਕੌਣ ਬੰਦਾ ਕਿਸ ਨੂੰ ਕੀ ਪਤਾ ਦੋ ਚੀਜ਼ਾਂ ਚੱਲ ਰਹੀਆਂ ਪਈਆਂ ਇੱਕ ਪਾਸੇ ਤਾਂ ਤੁਸੀਂ ਇਹਦਾ ਵਿਰੋਧ ਕਰ ਰਹੇ ਹੈ ਪਾਰਟੀਆਂ ਵਿਰੋਧ ਕਰਦੇ ਵੀ ਇਹੋ ਜਿਹੀ ਸਿਆਸਤ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਇਹ ਕਹਿੰਦੇ ਪਏ ਹੈ ਕਿ ਗਾਂਧੀ ਪਰਿਵਾਰ ਦੇ ਮੂੰਹ 'ਤੇ ਜਾ ਕੇ ਕਾਲਖ ਪੋਤੋ ਤੀਜੀ ਗੱਲ ਇਹ ਕਹਿੰਦੇ ਪਏ ਹੈਗੇ ਆ ਉਹਨਾਂ ਨੂੰ ਗੁੱਸਾ ਆਇਆ ਉਹ ਇਦੋਂ ਵੱਧ ਵੀ ਕੁਝ ਕਰ ਸਕਦੇ ਉਹਨਾਂ ਦਾ ਵੱਸ ਨਹੀਂ ਚੱਲਦਾ ਪਿਆ ਇਹੋ ਜਿਹੀ ਸਿਆਸਤ ਕਿਹੜੇ ਵੱਸ ਜਾ ਰਿਹਾ ਸੀ ਨਹੀਂ ਗੁੱਸਾ 34 ਸਾਲ ਬਾਅਦ ਆਇਆ 34 ਸਾਲ ਗੁੱਸਾ ਪਹਿਲਾਂ ਵੀ ਆਇਆ ਨਹੀਂ ਸੁਣ ਲਓ ਪਹਿਲਾਂ ਵੀ ਆਇਆ ਸੁਣ ਲਓ ਗੱਲ ਠੀਕ ਹੈ ਸੁਣ ਲਓ ਗੱਲ ਹਾਂ ਜਦੋਂ ਹਰਿਮੰਦਰ ਸਾਹਿਬ ਆਪਰੇਸ਼ਨ ਤੇ ਬਰਗਾੜੀ ਵੇਲੇ ਕਿਉਂ ਨਹੀਂ ਗੁੱਸਾ ਆਉਂਦਾ ਰਿਜ਼ਲਟ ਆਇਆ ਤੁਹਾਨੂੰ ਬਰਗਾੜੀ ਵੇਲੇ ਗੁੱਸਾ ਨਹੀਂ ਆਉਂਦਾ ਮੈਂ ਕਹਿੰਦਾ ਅਸੀਂ ਬਿਲਕੁਲ ਦੇਖੋ ਉਹਦਾ ਤੁਸੀਂ ਘਰਾਂ 'ਚ ਵੜ ਗਏ ਉਹਦਾ ਤੁਸੀਂ ਸਿਕਿਉਰਟੀਆਂ ਲੈ ਕੇ ਪਿੰਡਾਂ 'ਚ ਗਏ ਨਹੀਂ ਉਹਦੇ ਉਹਨਾਂ ਦੇ ਘਰ ਤੇ ਜਾਂਦੇ ਇੱਕ ਮਿੰਟ ਪਲੀਜ਼ ਡਟ ਲਓ ਆਪਣੀ ਗੱਲ ਪੂਰੀ 34 ਸਾਲ ਲਗਾਤਾਰ ਕਿਸ ਤਰੀਕੇ ਦੀ ਟ੍ਰੈਜਡੀ ਦੇ ਵਿੱਚ ਦੀ ਉਹ ਫੈਮਿਲੀਆਂ ਗੁਜ਼ਰੀਆਂ ਉਹ ਅਨਸਪੀਕੇਬਲ ਆ ਔਰ ਉਸ ਨੂੰ ਜਿੰਨਾ ਤੁਸੀਂ ਦਰਦ ਨੂੰ ਉਖੇੜੋਗੇ ਤੁਸੀਂ ਆਪ ਉਸ ਦਰਦ ਦੇ ਵਿੱਚ ਭਾਈਵਾਲ ਬਣ ਜਾਓ ਜੇ ਤੁਹਾਡੀ ਕੌਨਸ਼ੀਅਸ ਤੇ ਮੋਰੈਲਿਟੀ ਐਥਿਕਸ ਹੈਗੇ ਮੈਂ ਡਾਟੇ ਲੋ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੀ ਗੱਲ ਨੂੰ ਮੈਂ ਕੱਟਣਾ ਨਹੀਂ ਚਾਹੁੰਦਾ ਸੀਗਾ ਡਾਟੇ ਲੋ ਇਹ ਸਾਰੀ ਸਿਆਸਤ ਜਿਹੜੀ ਕਰ ਰਹੇ ਹੈਗੇ ਆ ਉੱਥੇ ਕਿੰਨੇ ਪੀੜਤ ਬੈਠੇ ਹੈਗੇ ਆ ਉਹਨਾਂ ਨੂੰ ਨੌਕਰੀਆਂ ਉਹਨਾਂ ਦੇ ਮੁਆਵਜ਼ੇ ਉਹਨਾਂ ਬਾਰੇ ਕੋਈ ਜ਼ਿਕਰ ਕਰਦਾ ਨੋ ਦਿਸ ਇਜ਼ ਦੀ ਫੋਕਲ ਪੁਆਇੰਟ ਕਿ ਇੰਨੇ ਸਾਲ 5 ਸਾਲ ਤੁਸੀਂ ਚੀਫ ਮਿਨਿਸਟਰ ਰਹਿ ਗਏ ਉਹ ਫੈਮਿਲੀਆਂ ਹਲੇ ਵੀ ਰੁਲਦੀਆਂ ਜਦੋਂ ਉਹਨਾਂ ਬਾਰੇ ਪੜ੍ਹੀਦਾ ਕਿ ਉਹ ਵਿਚਾਰੇ ਕਿਸ ਤਰੀਕੇ ਨਾਲ ਆਪਣਾ ਰੁਜ਼ਗਾਰ ਕਰਦੇ ਆ ਆਹ ਦੇਖੋ ਕਿੱਡੇ ਬੜੇ ਲੈਂਡਲੋਰਡ ਸੀ ਜਿਹੜੇ ਹਰਿਆਣੇ ਦੇ ਵਿੱਚੋਂ ਕੀ ਛਿੱਲੜ ਕੀ ਪਿੰਡ ਦਾ ਨਾਮ ਮੈਨੂੰ ਭੁੱਲ ਜਾਂਦਾ ਹੋਮ ਛਿੱਲੜ ਉਹ ਕਿੱਡੇ ਬੜੇ ਅੱਜ ਮੈਨੇ ਇੱਕ ਵਾਰੀ ਪੜ੍ਹਿਆ ਅਖਬਾਰ ਦੇ ਵਿੱਚ ਕਿ ਉਹਨਾਂ ਦੀ ਔਰਤ ਵਿਚਾਰੀ ਕੱਪੜੇ ਸਿਉਂ ਕੇ ਗੁਜ਼ਾਰਾ ਕਰਦੀ ਹੈ ਕਿਉਂ ਨਹੀਂ ਸਾਡੀ ਜਿਹੜੀ ਪਾਰਟੀ ਸੋ ਕਾਲਡ ਪੰਜਾਬ ਦੀ ਅਕਾਲੀ ਦਲ ਸੀ ਉਸ ਨੇ ਕਿਉਂ ਇਹਨਾਂ ਸਿੱਖਾਂ ਦੀ ਬਾਤ ਨਹੀਂ ਪੁੱਛੀ 34 ਸਾਲ ਲਗਾਤਾਰ ਹੁਣ ਤੱਕ ਉਹ ਵਿਚਾਰੇ ਦਰ ਦਰ ਦੀਆਂ ਠੋਕਰਾਂ ਖਾਂਦੇ ਆ ਉਹ ਤਾਂ ਦੁਸ਼ਮਣ ਹੈ ਹੀ ਜਿਹੜੇ ਉੱਥੇ ਬੈਠੇ ਆ ਦਿੱਲੀ ਦੇ ਵਿੱਚ ਚਾਹੇ ਪਹਿਲੇ ਚਾਹੇ ਹੁਣ ਵਾਲੇ ਪਰ ਤੁਸੀਂ ਹਮਦਰਦ ਕਿੱਥੋਂ ਆ ਗਏ ਤੁਹਾਡੇ
कि साढ़े सिरसा साहब ने कुछ दिन पहला भी यह डिमांड रखी है कि हर बंदे नू नौकरी मिलनी चाहिए। दूजी गल सिरसा साहब ने उधर रखी, दूजी गल एक मिनट तारी साहब सुनो, सिरसा साहब ने उधर रखी जो सिरसा साहब इथे रहे हैं पंजाब दे विच रहे, नहीं पंजाब च थोड़ी तुहाडी सरकार वेले रहे हैं, पंजाब विच कोई पीड़ित नहीं रहिंदा, पंजाब विच कोई पीड़ित नहीं रहिंदा, नहीं नहीं पंजाब विच पीड़ितां नू नौकरियां नहीं चाहीदियां, बिल्कुल चाहीदी है, पंजाब विच कोई पीड़ित नहीं रहिंदा, पंजाब विच कोई पीड़ित नहीं रहिंदा तारी साहब, लुधियाणे बड़े पए है, लुधियाणे एसोसिएशन बनी हुई है, बिल्कुल देखो या तो नहीं तारे साहब कोई 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 जवाब नहीं है, माफ करना मैंने प्रोग्राम स्वाफ करना, जवाब है की जवाब दोगे, की जवाब दोगे तुसी गोलक दा पैसा मेरे घर च ना आवे की असी गोलकां दे पैसे चक के लोकां दे उत्ते ला दईए, गल सुनो तुसी दो गल्लां कर रहे हो, कमेटी दी गल कर रहे हो श्रोमणी अकाली दल, जितो तक उन्हां दे केस झगड़न वास्ते, देखो एक मिनट आपां केहो जी चर्चा आपां केहो जी चर्चा चुका गया ना, केस झगड़न वास्ते जो डाइवर्टिंग एक मिनट आटे लोग कोई जवाब देना चाहुंदे, मैं प्रोग्राम समाप्त करना, मैं फटाफट मैं जवाब देना फटाफट मैं जवाब देना चाहुंदा सरकार, एक मैं जवाब देना चाहुंदा, एक मिनट ਜਦੋਂ ਸਰਕਾਰ ਇਹਨਾਂ ਦੇ ਨਾਲ ਗੱਲ ਜਦੋਂ ਸਰਕਾਰ ਸੀਗੀ ਇੱਥੇ ਅਕਾਲੀ ਦਲ ਦੀ 10 ਸਾਲ ਲੈਜਿਸਲੇਸ਼ਨ ਸਪੈਸ਼ਲੀ ਲੈ ਕੇ ਆਉਂਦੇ ਉਹਨਾਂ ਨੂੰ ਪ੍ਰੋਟੈਕਸ਼ਨ ਤੇ ਰਾਹ ਦੇਣ ਦਾ, ਗੱਲ ਖਤਮ। ਦੇਖੋ ਤੁਹਾਡੀ ਸਰਕਾਰ ਰਹੀ 5 ਵਾਰੀ ਤੁਸੀਂ ਚੀਫ ਮਿਨਿਸਟਰ ਰਹੇ, 10 ਸਾਲ ਲਗਾਤਾਰ ਤੁਹਾਡੀ ਸਰਕਾਰ ਰਹੀ, ਤੁਸੀਂ ਉਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਦੇ ਸਕਦੇ ਜਿੱਥੇ ਉਹ ਵਿਚਾਰੇ ਆਪਣੀਆਂ ਦੁਕਾਨਾਂ ਖੋਲ੍ਹ ਲੈਂਦੇ। 30,000 acres ਜ਼ਮੀਨ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਮਾਫ਼ ਕਰਨਾ ਮੈਂ ਇੱਥੇ ਦੱਸਣਾ ਚਾਹੁੰਦਾ, ਔਰ ਉਹ ਤੁਸੀਂ ਆਪਣੇ ਫੇਵਰੇਟ ਬੰਦਿਆਂ ਨੂੰ ਦਿੰਦੇ ਹੋ, ਕਿਸੇ ਨੂੰ 100 ਕਿੱਲਾ, ਕਿਸੇ ਨੂੰ 50 ਕਿੱਲੇ, ਕਿਸੇ ਨੂੰ 150-200 ਕਿੱਲਾ, ਸੁਣ ਲਓ ਧਰਨੀ ਜੀ ਕੁੱਕੂ ਸੁਣ ਲਓ, ਮੈਂ ਫੈਕਚੁਅਲ ਗੱਲ ਕਰੂੰਗਾ, ਆਡਿਟ ਹੁੰਦਾ ਅਕਾਊਂਟ, ਉਸਦੇ 'ਚ ਤਾਂ ਕੋਈ ਬੰਦਾ ਝੂਠੇ ਨਹੀਂ ਬੋਲ ਸਕਦਾ, ਉਹ ਤੁਸੀਂ ਇੰਨੇ ਘੱਟ ਰੇਟਾਂ 'ਤੇ ਦਿੰਦੇ ਹੋ ਥਰੋਵੇ ਪ੍ਰਾਈਸ ਦੇ ਉੱਤੇ, ਉਹ ਇਹ 30,000 acres ਦੇ ਵਿੱਚੋਂ ਜੇ ਤੁਸੀਂ 10,000 acres ਇਹਨਾਂ ਗਰੀਬਾਂ ਨੂੰ ਵਾਹੁਣ ਲਈ ਦੇ ਦਿੰਦੇ ਤਾਂ ਕਿ ਉਹ ਆਪਣਾ ਮਤਲਬ ਰੁਜ਼ਗਾਰ ਕੁਛ ਕਰਦੇ, ਆਪਣੇ ਬੱਚਿਆਂ ਨੂੰ ਸੰਭਾਲ ਸਕਦੇ, ਆਪਣਾ ਬੁਢਾਪਾ ਚੰਗੀ ਤਰ੍ਹਾਂ ਕੱਟ ਸਕਦੇ, ਆਪਣਾ ਇਲਾਜ ਕਰਾ ਸਕਦੇ, ਤਾਂ ਉਸ ਤੋਂ ਬਾਅਦ ਉਹ ਜ਼ਮੀਨ ਤਾਂ ਫਿਰ ਸ਼੍ਰੋਮਣੀ ਕਮੇਟੀ ਦੀ ਰਹਿਣੀ, ਅਕਾਲੀ ਦਲ ਨੇ ਔਰ ਸ਼੍ਰੋਮਣੀ ਕਮੇਟੀ ਨੇ ਜਿਹੜੇ ਉੱਥੇ ਤੋਂ ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਉੱਥੇ ਤੋਂ ਪੀੜਿਤ ਹੋ ਕੇ ਇੱਥੇ ਆਏ ਪੰਜਾਬ ਦੇ ਵਿੱਚ, ਬਹੁਤ ਸਾਰਿਆਂ ਨੂੰ ਮੋਹਾਲੀ ਦੇ ਵਿੱਚ, ਫਤਿਹਗੜ੍ਹ ਸਾਹਿਬ ਦੇ ਵਿੱਚ, ਜੋਤੀ ਸਰੂਪ ਗੁਰਦੁਆਰਾ ਸਾਹਿਬ ਦੇ ਵਿੱਚ, ਮਾਤਾ ਗੁਜਰੀ ਕਲੋਨੀ ਦੇ ਵਿੱਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਗ੍ਹਾਵਾਂ ਦਿੱਤੀਆਂ ਉਹਨਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ, ਇਸ ਤੋਂ ਵੱਧ ਬਹੁਤ ਧੰਨਵਾਦ, ਬਹੁਤ ਧੰਨਵਾਦ, ਮੇਰੇ ਕੋਲ ਵਕਤ ਇੰਨਾ ਹੀ ਆ, ਜਿਹੜੇ ਪੀੜਤ ਸੁਣਦੇ ਹੋਣਗੇ ਉਹਨਾਂ ਨੂੰ ਪਤਾ, ਉਹਨਾਂ ਨੂੰ ਪਤਾ ਹੁਣ ਵੀ ਰੋਂਦੇ ਕਰ ਰਹੇ, ਬਹੁਤ ਧੰਨਵਾਦ ਤੁਹਾਡਾ ਸਾਹਿਬ, ਤੁਹਾਡਾ ਵਰਿੰਦਰ ਢਿੱਲੋਂ, ਤੁਹਾਡਾ ਪ੍ਰਸ ਮਨਜੀਤ ਸਿੰਘ, ਤੁਹਾਡਾ ਬਹੁਤ ਧੰਨਵਾਦ, ਬੁੱਤੋਂ ਸਿਆਸਤ ਜ਼ਮੀਨ 'ਤੇ ਆ ਗਈ ਹੈਗੀ ਹੈ, ਅਤੇ ਇਸ ਜ਼ਮੀਨ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ, ਜੇ ਸਿਆਸਤ ਕਰਨੀ ਹੈਗੀ ਆ ਉਹਨਾਂ ਪੀੜਤਾਂ ਦਾ ਦਰਦ ਸਮਝੋ, ਉਹਨਾਂ ਪੀੜਤਾਂ ਦਾ ਹਾਲ ਜਾਣੋ, ਜੇ ਇਹੋ ਜਿਹੀ ਸਿਆਸਤ ਕਰੋਗੇ ਇਹੋ ਜਿਹੀ ਸਿਆਸਤ ਨੂੰ ਘੱਟੋ ਘੱਟ ਪੰਜਾਬ ਅਤੇ ਪੰਜਾਬੀ ਤਾਂ ਕਬੂਲ ਨਹੀਂ ਕਰਦੇ ਹੈਗੇ। ਹਾਂ ਠੀਕ ਹੈ, 1984 ਸਿੱਖ ਕਤਲੇਆਮ ਦਾ ਗੁੱਸਾ ਹਰ ਸਿੱਖ ਦੇ ਹਿਰਦੇ ਵਿੱਚ ਰਹੇਗਾ, ਉਹ ਤੱਕ ਰਹੇਗਾ ਜਿੱਥੇ ਤੱਕ ਇਨਸਾਫ਼ ਨਹੀਂ ਮਿਲਦਾ ਹੈਗਾ ਗਾ, ਪਰ ਜੇ ਇਹੋ ਜਿਹੀ ਸਿਆਸਤ ਦੇ ਨਾਲ ਇਨਸਾਫ਼ ਮਿਲਦਾ ਹੈਗਾ ਫਿਰ ਇਹੋ ਜਿਹੀ ਸਿਆਸਤ ਜੀ ਸਦਕੇ ਕਰੋ, ਜੇ ਇਹੋ ਜਿਹੀ ਸਿਆਸਤ ਨਾਲ ਸਿਰਫ ਮੁੱਦੇ ਭਟਕਾਉਣ ਦੀ ਸਿਆਸਤ ਹੋ ਰਹੀ ਹੈ ਫਿਰ ਇਹੋ ਜਿਹੀ ਸਿਆਸਤ ਦਾ ਵਿਰੋਧ ਕਰਨਾ ਲਾਜ਼ਮੀ ਹੈ। ਬਹੁਤ ਧੰਨਵਾਦ।